ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਹੈ, ਜਿਸ ਵਿਸ਼ੇ ਨੂੰ ਲੈ ਕੇ ਆਪਾਂ ਇੱਥੇ ਗੱਲਬਾਤ ਕਰਨ ਜਾ ਰਹੇ ਹਾਂ, ਉਹ ਖਾਸ ਤੌਰ 'ਤੇ ਤੁਹਾਡੇ ਨਾਲ ਜੁੜਿਆ ਹੋਇਆ, ਤੁਹਾਡੇ ਭਵਿੱਖ ਨਾਲ ਜੁੜਿਆ ਹੋਇਆ। ਵਿਦੇਸ਼ਾਂ ਦੀ ਚਮਕ ਦਮਕ, ਵਿਦੇਸ਼ਾਂ 'ਚ ਜਾ ਕੇ ਸੈੱਟ ਹੋਣ ਦੀ ਕਾਹਲ, ਵਿਦੇਸ਼ਾਂ ਵਿੱਚ ਪੜ੍ਹਾਈ ਕਰਨ ਦੀ ਕਾਹਲ, ਇਹ ਚੀਜ਼ਾਂ ਅੱਜ ਸਾਡੇ ਖਾਸ ਕਰ ਏਸ਼ੀਆ ਦੇ ਦੇਸ਼ਾਂ ਨੂੰ ਆਪਣੇ ਵੱਲ ਨੂੰ, ਜਾਂ ਮੈਂ ਇਹ ਕਹਿ ਲਵਾਂ ਕਿ ਜਿਹੜੇ ਵਿਕਾਸਸ਼ੀਲ ਦੇਸ਼ ਹੈ ਉਹਨਾਂ ਤੋਂ ਵਿਕਸਿਤ ਦੇਸ਼ਾਂ ਵੱਲ ਨੂੰ ਖਿੱਚ ਜਿਹੜੀ ਹੈ ਉਹ ਲਗਾਤਾਰ ਜਾਰੀ ਹੈ। ਇਹ ਸਾਰੇ ਵਿਸ਼ੇ 'ਤੇ ਗੱਲਬਾਤ ਕਰਨ ਲਈ ਅੱਜ ਸਾਡੇ ਕੋਲ, ਸਾਡੇ ਵਿਹੜੇ ਵਿੱਚ ਆਏ ਸ਼੍ਰੀ ਸਤਪਾਲ ਸਿੰਘ ਜੀ ਜੌਲ ਔਰ ਸ਼੍ਰੀ ਨਿਰਮਲ ਸਿੰਘ ਜੀ ਖੱਖ, ਇਹਨਾਂ ਨੂੰ ਮੈਂ ਬਹੁਤ ਬਹੁਤ ਜੀਆਂ ਕਹਿੰਦਾ। ਅੱਜ ਅਸੀਂ ਤੁਹਾਡੇ ਦਰਮਿਆਨ ਇੱਕ ਜੋ ਅਜੋਕੇ ਸਮੇਂ ਦੇ ਵਿੱਚ ਭਾਖਵਾਂ ਵਿਸ਼ਾ ਬਾਹਰ ਕਿਵੇਂ ਜਾਈਏ, ਖਾਸ ਤੌਰ 'ਤੇ ਉਹ ਜਿਹੜੇ ਵਿਦਿਆਰਥੀ ਆਈਲੈਟਸ ਕਰਕੇ ਜਾ ਰਹੇ ਆ, ਕਿ ਉਹ ਪੜ੍ਹਨ ਜਾ ਰਹੇ ਆ ਕਿ ਜਾਂ ਕੰਮ ਵਾਸਤੇ ਹੀ ਇੱਕ ਆਈਲੈਟਸ ਦਾ ਢਕਵੰਜ ਬਣਾ ਕੇ ਜਾ ਰਹੇ ਆ। ਆਮ ਤੌਰ 'ਤੇ ਤੁਸੀਂ ਖਬਰਾਂ ਵਿੱਚ ਵੀ ਵੇਖਦੇ ਹੋ, ਪੜ੍ਹਦੇ ਵੀ ਹੋ ਅਤੇ ਸੁਣਦੇ ਵੀ ਹੋ। ਮੇਰੇ ਵੀਰ ਸਤਪਾਲ ਜੌਲ ਜੀ ਘੱਟੋ ਘੱਟ 25 ਸਾਲ ਇਹ ਬਾਹਰ ਰਹੇ ਔਰ ਮੀਡੀਆ ਦੇ ਨਾਲ ਜੁੜੇ, ਅਜੀਤ ਅਖਬਾਰ ਦੇ ਨਾਲ, ਉੱਥੋਂ ਦੇ ਟੈਲੀਵਿਜ਼ਨ ਸੁਰ ਸਾਗਰ ਰੇਡੀਓ ਦੇ ਨਾਲ, ਔਰ ਇਹਨਾਂ ਨੇ ਹਰ ਥਾਂ ਜਾ ਕੇ ਇਸ ਤਰਾਸਦੀ ਨੂੰ ਬੜੇ ਗੌਰ ਨਾਲ ਵਾਚਿਆ ਅਤੇ ਇਸ ਸਿੱਟੇ 'ਤੇ ਆਏ ਕਿ ਅਸੀਂ ਆਪਣੇ ਇਲਾਕੇ ਜਾ ਕੇ, ਪਿੰਡ ਜਾ ਕੇ, ਅਸੀਂ ਥਾਂ ਪੁਰ ਥਾਂ ਜਾ ਕੇ ਸਕੂਲਾਂ ਵਿੱਚ, ਕਾਲਜਾਂ ਵਿੱਚ ਵਿਦਿਆਰਥੀਆਂ ਨੂੰ ਇਸ ਗੱਲ ਬਾਰੇ ਜਾਗਰੂਕ ਕਰੀਏ। ਸੋ ਗੱਲ ਇਹ ਆ ਕਿ ਵਿਦਿਆਰਥੀਓ, ਜਿਹੜੇ ਨੌਜਵਾਨ ਖਾਸ ਤੌਰ 'ਤੇ ਸਾਡਾ, ਮੈਂ ਦੇਖਦਾ ਵੀ ਨਡਾਲਾ ਏਰੀਆ, ਉੱਧਰ ਲੋਕ ਬਹੁਤ ਬਾਹਰ ਗਏ ਆ। ਹੁਣ ਵੀ ਉਹਨਾਂ ਦੀ ਇਹ ਤਾਂਘ ਹੁੰਦੀ ਆ ਵੀ ਅਸੀਂ ਬਾਹਰ ਜਾਣਾ, ਕਿਸੇ ਵੀ ਤਰੀਕੇ ਨਾਲ ਜਾਈਏ। ਨਿਊਜ਼ੀਲੈਂਡ ਵਰਗੇ ਦੇਸ਼ਾਂ ਨੇ ਤੌਬਾ ਕਰ ਦਿੱਤੀ, ਆਸਟ੍ਰੇਲੀਆ ਵਰਗਿਆਂ ਨੇ ਵੀ, ਜਿਹੜੇ ਉੱਥੇ ਨੌਜਵਾਨ ਪੜ੍ਹਾਈ ਦੇ ਬੇਸ 'ਤੇ ਗਏ ਸੀਗੇ ਅਤੇ ਜੋ ਪਿਛਲੇ ਦਿਨੀ ਉਹਨਾਂ ਦੇ ਨਾਲ ਵਾਪਰਿਆ, ਆਪਾਂ ਦੇਖਦੇ ਹਾਂ ਕਿ ਉੱਥੇ ਦੰਗੇ ਫਸਾਦ ਹੋਏ, ਕਿਸ ਤਰ੍ਹਾਂ ਖੱਜਲ ਖੁਆਰੀਆਂ ਹੋਈਆਂ। ਸੋ ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਅਸੀਂ ਤੁਹਾਡੇ ਰੂਬਰੂ ਹੋਏ ਹਾਂ। ਅਸੀਂ ਜੇ ਤਾਂ ਸੱਚਮੁੱਚ ਪੜ੍ਹਨ ਜਾਣਾ ਤਾਂ ਸਾਡੇ ਕੋਲ, ਸਾਡੇ ਮਾਪਿਆਂ ਕੋਲ ਪੈਸਾ ਹੋਣਾ ਜ਼ਰੂਰੀ ਆ। ਅਸੀਂ ਕਿਸ ਮਿਸ਼ਨ ਵਾਸਤੇ ਜਾਣਾ, ਅਸੀਂ ਉਸ ਮਿਸ਼ਨ ਨੂੰ ਪੂਰਾ ਕਰਨ ਵਾਸਤੇ ਸਾਡੇ ਵਿੱਚ ਮੁਹਾਰਤ ਹੋਣੀ ਜ਼ਰੂਰੀ ਆ। ਕਿਉਂਕਿ ਜੇ ਅਸੀਂ ਏਜੰਟਾਂ ਰਾਹੀਂ ਆਈਲੈਟਸ ਕਰਕੇ ਇੱਕ ਬਹਾਨਾ ਬਣਾ ਕੇ ਪੜ੍ਹਨ ਦੇ ਪੜ੍ਹਨ ਦਾ ਬਹਾਨਾ ਲਾ ਕੇ ਅਸੀਂ ਉੱਥੇ ਕੰਮ ਕਰਨ ਜਾਂ ਪੱਕੇ ਹੋਣ ਲਈ ਜਾਣਾ, ਤਾਂ ਜ਼ਰੂਰੀ ਹੈ ਸਾਨੂੰ ਇੱਥੋਂ ਪੜ੍ਹ ਲਿਖ ਕੇ, ਮੁਹਾਰਤ ਸਿੱਖ ਕੇ ਕਿਸੇ ਨਾ ਕਿਸੇ ਕੰਮ ਦੇ ਵਿੱਚ ਯੋਗ ਹੋ ਕੇ ਜਾਣਾ ਪਏਗਾ। ਅਤੇ ਜੇ ਅਸੀਂ ਸੱਚਮੁੱਚ ਪੜ੍ਹਨ ਜਾਣਾ ਤਾਂ ਫਿਰ ਸਾਨੂੰ ਇਹ ਆ ਵੀ ਉੱਥੇ ਜਾ ਕੇ ਜਦੋਂ ਪੜ੍ਹਨਾ ਤਾਂ ਸਾਨੂੰ ਇੱਥੇ ਵੀ ਪੜ੍ਹਾਈ ਜਿਹੜੀ ਆ ਪੂਰੀ ਕਰਕੇ ਉੱਥੇ ਪੜ੍ਹ ਕੇ ਜਿਹੜਾ ਅਸੀਂ ਨੌਕਰੀ ਲੱਭੀਏ, ਨਾ ਕਿ ਅਸੀਂ ਜਾ ਕੇ ਉੱਥੇ ਏਅਰਪੋਰਟ ਤੋਂ ਬਾਹਰ ਜਾ ਕੇ ਪਹਿਲਾਂ ਨੌਕਰੀ ਲੱਭੀਏ ਅਤੇ ਫਿਰ ਪੜ੍ਹਾਈ ਦੀ ਗੱਲ ਕਰੀਏ। ਸੋ ਇੱਦਾਂ ਅੱਜ ਦਾ ਸਮਾਂ ਜਿਹੜਾ ਆ ਉਹ ਸਾਨੂੰ ਬਰਦਾਸ਼ਤ ਨਹੀਂ ਕਰਦਾ। ਦੇਖਿਆ ਗਿਆ ਆ ਕਿ ਜਿਹੜੇ ਨੌਜਵਾਨ ਇਸ ਪਾਸੇ ਗਏ ਸੀਗੇ, ਇੰਗਲੈਂਡ ਵਿੱਚ, ਆਸਟ੍ਰੇਲੀਆ ਵਿੱਚ, ਕੈਨੇਡਾ ਵਿੱਚ, ਅਮਰੀਕਾ ਵਿੱਚ, ਸਭ ਤੋਂ ਵੱਧ ਕੌਣ ਖੱਜਲ ਖੁਆਰ ਹੁੰਦਾ? ਉਹ ਜਿਹੜੀਆਂ ਮਾਪਿਆਂ ਨੇ ਧੀਆਂ ਭੇਜੀਆਂ ਹਾਈ ਐਜੂਕੇਸ਼ਨ ਵਾਸਤੇ, ਉਹ ਸਭ ਤੋਂ ਵੱਧ ਖੱਜਲ ਖੁਆਰ ਹੋ ਰਹੀਆਂ। ਅਕਸਰ ਤੁਸੀਂ ਅਖਬਾਰਾਂ ਦੇ ਵਿੱਚ ਵੀ ਪੜ੍ਹਦੇ ਹੋ
ਕਿ ਉਹ ਕਿਵੇਂ ਉੱਥੇ ਦਿਨ ਪੂਰੇ ਪੂਰੇ ਕਰਦੀਆਂ, ਪੜ੍ਹਾਈ ਤਾਂ ਇੱਕ ਪਾਸੇ ਰਹੀ, ਉਹਨਾਂ ਦਾ ਆਪਣਾ ਜੀਵਨ ਕਿਵੇਂ ਨਿਰਵਾਹ ਹੋ ਰਿਹਾ, ਕਿਵੇਂ ਉਹ ਦਿਨ ਕੱਟਦੀਆਂ, ਇਹ ਦੱਸਣ ਤੋਂ ਬਹੁਤ ਬਾਹਰੀ ਗੱਲ ਆ, ਕਿਉਂਕਿ ਉਹਨਾਂ ਦਾ ਜੀਵਨ ਬਹੁਤ ਹੀ ਜਿਹੜਾ ਮਾੜਾ ਬਤੀਤ ਹੋ ਰਿਹਾ। ਸੋ ਮੈਂ ਇਸ ਕਰਕੇ ਟੀਚਰ ਜਿਹੜੇ ਉਹ ਕੌਮ ਦੇ ਅਸਰੀਏ ਗਿਣੇ ਗਏ ਆ, ਮਾਪੇ ਆਪਣੇ ਧੀਆਂ ਪੁੱਤਾਂ ਦੇ ਸੁਨਹਿਰੀ ਜੀਵਨ ਵਾਸਤੇ ਹਰੇਕ ਕੋਈ ਚਾਹੁੰਦਾ ਕਿ ਉਹ ਸਾਡੇ ਧੀਆਂ ਪੁੱਤ ਜਿਹੜੇ ਆ ਉਹ ਚੰਗਾ ਕਾਰੋਬਾਰ 'ਤੇ ਜਾਂ ਚੰਗੀ ਨੌਕਰੀ 'ਤੇ ਜਾਣ, ਅਤੇ ਹੁਣ ਜਿਹੜਾ ਸਮਾਂ ਆਇਆ ਉਹ ਹਰੇਕ ਮਾਪੇ ਦਾ ਇਹ ਹੁੰਦਾ ਕਿ ਮੇਰਾ ਧੀ ਜਾਂ ਮੇਰਾ ਪੁੱਤ ਜਿਹੜਾ ਬਾਹਰ ਜਾ ਕੇ ਸੈਟਲ ਹੋਵੇ। ਪਰ ਹੋਵੇ ਕਿਵੇਂ, ਇਹਨਾਂ ਗੱਲਾਂ ਨੂੰ ਮੁੱਖ ਰੱਖਦਿਆਂ ਅਸੀਂ ਬੱਚੋ ਇਹ ਤੁਹਾਡੇ ਨਾਲ ਗੱਲ ਸਾਂਝੀ ਕਰਨੀ ਚਾਹੁੰਦੇ ਹਾਂ ਕਿ ਤੁਸੀਂ 10ਵੀਂ 9ਵੀਂ ਦੇ ਵਿਦਿਆਰਥੀ ਹੋ, ਅੱਗੇ ਤੋਂ ਤੁਸੀਂ ਵੱਡੀਆਂ ਕਲਾਸਾਂ ਵਿੱਚ ਵੀ ਜਾਣਾ। ਸੋ ਆਪਣੇ ਮਨ ਵਿੱਚ ਇਹ ਗੱਲ ਧਾਰ ਲਓ ਕਿ ਬਾਹਰ ਜੋ ਵੀ ਹੈ, ਜੋ ਸੁਣਿਆ ਉਹ ਸੱਚ ਨਹੀਂ, ਸੱਚ ਕੁਝ ਹੋਰ ਹੈ, ਹਕੀਕਤ ਕੁਝ ਹੋਰ ਹੈ। ਕਿਉਂਕਿ ਉੱਥੇ ਹੱਡ ਭੰਨਵੀਂ ਮਿਹਨਤ ਕਰਨ ਤੋਂ ਬਾਅਦ ਕੋਈ ਜਾ ਕੇ ਆਪਣਾ ਸਥਾਪਿਤ ਹੋ ਸਕਦਾ, ਇਹ ਚਕਾਚੌਂ ਦੀ ਜ਼ਿੰਦਗੀ ਜਿਹੜੀ ਆ ਉਹ ਅਸਲੀਅਤ ਤੋਂ ਬਹੁਤ ਦੂਰ ਆ। ਸੋ ਇਸ ਕਰਕੇ ਅਸੀਂ ਤੁਹਾਨੂੰ ਇਹ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਤੁਸੀਂ ਵੱਧ ਤੋਂ ਵੱਧ ਜੇ ਉੱਥੇ ਜਾਣਾ ਅਤੇ ਪੜ੍ਹਾਈ ਤੋਂ ਬਾਅਦ ਕਿਸੇ ਵੀ ਧੰਦੇ ਵਿੱਚ ਮੁਹਾਰਤ ਸਿੱਖਣੀ ਬਹੁਤ ਤੁਹਾਡੇ ਵਾਸਤੇ ਜ਼ਰੂਰੀ ਆ। ਨਹੀਂ ਤਾਂ ਜਿਹੜੇ ਉੱਥੇ ਘੱਟ ਪੜ੍ਹੇ ਲਿਖੇ ਜਾਂ ਕਿਸੇ ਵੀ ਕੰਮ ਦੇ ਵਿੱਚ ਮੁਹਾਰਤ ਨਹੀਂ ਕਿਸੇ ਦੀ, ਉਹ ਜੋ ਖੱਜਲ ਖੁਆਰ ਹੁੰਦੇ ਆ ਉਹਨਾਂ ਵਿੱਚ ਤੁਸੀਂ ਸ਼ੁਮਾਰ ਨਾ ਬਣੋ। ਮੇਰੇ ਨਾਲ ਇੱਕ ਮੇਰੇ ਪਿੰਡ ਦਾ ਮੁੰਡਾ ਸੀਗਾ, ਉਹਨੇ PMT ਦਾ ਟੈਸਟ ਦਿੱਤਾ। ਉਸ ਵੇਲੇ ਰਸ਼ੀਆ ਸਰਕਾਰ ਤੋਂ ਰਸ਼ੀਆ ਦੇ ਕਾਲਜ ਵਿੱਚ MBBS ਦੀ ਜਿਹੜੀ ਸਹੂਲਤ ਹੈਗੀ ਸੀਗੀ, ਤਾਂ ਇੱਥੋਂ ਵਾਲੇ PMT ਟੈਸਟ 'ਤੇ ਉਹਦੇ ਨੰਬਰ ਥੋੜ੍ਹੇ ਘੱਟ ਸੀ, ਤਾਂ ਉਹ ਰਸ਼ੀਆ ਵਾਸਤੇ ਉਹਨੇ ਅਪਲਾਈ ਕੀਤਾ ਅਤੇ ਉਹ ਰੂਸ ਚਲਾ ਗਿਆ। 5 ਸਾਲ ਉਹਨੇ MBBS ਉੱਥੇ ਪੜ੍ਹਾਈ ਕੀਤੀ। ਜਦੋਂ ਉਹਦੇ 5 ਸਾਲ ਕੰਪਲੀਟ ਹੋ ਗਏ ਤਾਂ ਭਾਰਤ ਸਰਕਾਰ ਨੇ ਰਸ਼ੀਅਨ ਡਿਗਰੀ ਜਿਹੜੀ ਹੈ ਉਹਦੀ ਮਾਨਤਾ ਰੱਦ ਕਰ ਦਿੱਤੀ। ਉਸ ਤੋਂ ਪਹਿਲਾਂ ਕਾਫੀ ਡਾਕਟਰ ਇੱਥੇ ਆਪਣੇ ਹਜੇ ਪੰਜਾਬ 'ਚ ਜੋਬ ਕਰਦੇ ਆ ਜਿਹੜੇ ਰਸ਼ੀਆ ਤੋਂ ਡਿਗਰੀਆਂ ਕਰਕੇ ਆਏ ਹੋਏ ਆ, ਪਰ ਹੁਣ ਕਿਉਂਕਿ ਸਾਡੇ ਦੇਸ਼ ਵਿੱਚ ਵੀ ਬਹੁਤ ਸਾਰੇ MBBS ਜਿਹੜੇ ਆ ਕਾਲਜ ਖੁੱਲ੍ਹੇ ਹੋਏ ਆ, ਅਤੇ ਹੁਣ ਉਹਦੇ ਸਾਹਮਣੇ ਜਿਹੜਾ ਭਵਿੱਖ ਹੈ ਹੋਰ ਧੁੰਦਲਾ ਹੋ ਗਿਆ। ਉਹ ਵਾਪਸ ਫਿਰ ਰਸ਼ੀਆ ਚਲਾ ਗਿਆ, ਉੱਥੇ ਵੀ ਉਹ ਸੈੱਟ ਨਾ ਹੋ ਸਕਿਆ, ਜ਼ਿੰਦਗੀ ਦੇ ਸੰਘਰਸ਼ ਨਾਲ ਲੜਦਾ ਹਾਰ ਕੇ ਰਸ਼ੀਆ ਛੱਡ ਕੇ ਉਹ ਕੈਨੇਡਾ ਚਲਾ ਗਿਆ, ਔਰ ਉੱਥੇ ਜਾ ਕੇ ਉਹ ਇੱਕ MBBS ਸਟੋਰ ਦੇ ਵਿੱਚ ਸਾਬਣ ਤੇਲ ਦੀਆਂ ਚਾਕੀਆਂ ਜਿਹੜੀਆਂ ਟਕਾਉਂਦਾ ਆਪਣਾ ਜ਼ਿੰਦਗੀ ਜਿਹੜਾ ਗੁਜ਼ਾਰ ਰਿਹਾ। ਮੈਂ ਜੋ ਕਹਿਣਾ ਚਾਹੁੰਦਾ ਤੁਹਾਡੇ ਸਾਹਮਣੇ ਹੀ ਆ ਕਿ ਕਈ ਵਾਰੀ ਅਸੀਂ ਦੇਖਦੇ ਹਾਂ ਕਿ ਅਸੀਂ ਕੁਛ ਕੁਆਲੀਫਿਕੇਸ਼ਨ ਵੀ ਕਰ ਲਈ ਆ, ਪਰ ਹਾਲਾਤ ਇੱਦਾਂ ਦੇ ਹੋ ਜਾਂਦੇ ਆ ਕਿ ਸਾਨੂੰ ਉਹਨਾਂ ਬਹੁਤ ਕਰੜੇ ਹੋ ਕੇ ਸਾਹਮਣਾ ਕਰਨਾ ਪੈਂਦਾ ਆ। ਬਹੁਤ ਜ਼ਰੂਰੀ ਆ ਕਿ ਬੱਚਿਆਂ ਨੂੰ ਸਹੀ ਸੇਧ ਦਿੱਤੀ ਜਾਵੇ, ਕਿਉਂਕਿ ਜਿਹੜੇ ਲੋਕ ਭਟਕਦੇ ਫਿਰਦੇ ਆ, ਜਿਹੜੇ ਲੋਕ ਬਾਹਰ ਦੀ ਚੱਕਾਚੌਂਦ ਵਿੱਚ ਫਸੇ ਹੋਏ ਆ, ਅਸਲ ਦੇ ਵਿੱਚ ਉਹਨਾਂ ਨੇ ਉਹਨਾਂ ਨੂੰ ਉਹਦੇ ਸਹੀ ਤਸਵੀਰ ਕਿਸੇ ਨੇ ਪੇਸ਼ ਹੀ ਨਹੀਂ ਕੀਤੀ। ਇਸੇ ਕਰਕੇ ਲੋਕ ਇਹ ਦੇਖਦੇ ਆ ਕਿ ਸ਼ਾਇਦ ਬਾਹਰ ਦੀ ਜ਼ਿੰਦਗੀ ਜਿਹੜੀ ਉਹ ਬਹੁਤ ਵਧੀਆ ਜ਼ਿੰਦਗੀ ਹੋਵੇ। ਮੈਨੂੰ ਮੌਕਾ ਮਿਲਿਆ ਸੁਲਤਾਨਪੁਰ ਬਾਬੇ ਸੀਚੇ ਵਾਲੀਆਂ ਦੇ ਸਕੂਲ ਵਿੱਚ ਜਾਣ ਦਾ ਵੀ, ਤਾਂ ਬਾਬੇ ਸੰਤ ਬਲਬੀਰ ਸਿੰਘ ਸੀਚੇ ਵਾਲੇ ਹੁਣੇ ਅਜੇ ਕੈਨੇਡਾ ਗਏ ਸੀ, ਅਤੇ ਜਿਹੜੇ ਇੱਥੇ ਆ ਕੇ ਲੋਕ ਸੋਨੇ ਦੀਆਂ ਚੈਨੀਆਂ ਪਾਈ ਫਿਰਦੇ ਆ, ਕੜੇ ਪਾਈ ਫਿਰਦੇ ਆ, ਜਾਂ ਉੱਚੀ ਉੱਚੀ ਲੰਮੀ ਅੱਡੀ ਦੇ ਸੈਂਡਲ ਪਾ ਕੇ ਜਨਾਨੀਆਂ ਫਿਰਦੀਆਂ ਜਾਂ ਵਾਲ ਹੋਰ ਤਰ੍ਹਾਂ ਵਾਹੇ ਹੋਏ, ਅਸਲ 'ਚ ਇਹਨਾਂ ਨੇ ਉਹਨਾਂ ਦੀ ਜ਼ਿੰਦਗੀ ਬਿਆਨ ਕੀਤੀ ਉੱਥੇ,
ਉਹਨਾਂ ਨੇ ਦੱਸਿਆ ਕਿ ਜਦੋਂ ਉਹ ਬੇਰੀ ਤੋੜ ਰਹੀਆਂ ਕੁੜੀ ਉੱਥੋਂ ਦੀਆਂ ਆਪਣੀਆਂ ਜਨਾਨੀਆਂ, ਜਦੋਂ ਉਹ ਹੋਰ ਖੇਤਾਂ ਵਿੱਚ ਗਾਜਰਾਂ ਪੱਟ ਰਹੀਆਂ, ਕੋਈ ਹੋਰ ਕੰਮ ਕਰ ਰਿਹਾ, ਲਸਣ ਪੱਟ ਰਹੀਆਂ, ਤਾਂ ਬਾਬਾ ਜੀ ਕਹਿੰਦੇ ਵੀ ਮੈਨੂੰ ਤਾਂ ਬੜੀ ਖੁਸ਼ੀ ਆ ਵੀ ਤੁਸੀਂ ਇੱਥੇ ਆ ਕੇ ਇੱਕ ਚੰਗਾ ਕੰਮ ਕਰ ਰਹੀਆਂ, ਤੁਸੀਂ ਕੰਮ ਤਾਂ ਕਰ ਰਹੇ ਹੋ ਨਾ ਘੱਟੋ ਘੱਟ। ਕਹਿੰਦੇ ਤੁਹਾਡੀ ਫਿਲਮ ਕਿਉਂ ਨਾ ਬਣਾਈ ਜਾਵੇ। ਜਿਸ ਤਰ੍ਹਾਂ ਇਹ ਫਿਲਮ ਬਣਾ ਰਿਹਾ, ਉਹਨਾਂ ਨੇ ਕੈਮਰਾ ਉੱਧਰ ਨੂੰ ਕੀਤਾ ਅਤੇ ਸਾਰੀਆਂ ਦੌੜ ਗਈਆਂ। ਉਹ ਕਹਿੰਦੀਆਂ ਵੀ ਅਸੀਂ ਸਾਡੀ ਬੇਇੱਜ਼ਤੀ ਬਹੁਤ ਹੈ, ਤੁਸੀਂ ਇਹ ਫਿਲਮ ਸਾਡੀ ਜਾ ਕੇ ਇੰਡੀਆ 'ਚ ਦਿਖਾਓਗੇ ਵੀ ਅਸੀਂ ਇੱਥੇ ਆਹ ਕੰਮ ਕਰਦੇ ਹਾਂ। ਅਤੇ ਆਪਾਂ ਸਾਰਿਆਂ ਨੂੰ ਹੀ ਪਤਾ ਕਿ ਜਿਹੜੇ ਇੱਥੋਂ ਕਨੇਡਾ ਗਏ ਹੋਏ ਆ, ਇੰਗਲੈਂਡ ਗਏ, ਅਮਰੀਕਾ ਗਏ, ਜਰਮਨ ਗਏ, ਆਸਟ੍ਰੇਲੀਆ ਗਏ ਹੋਏ ਆ, ਉਹ ਕੋਈ ਮਾੜੇ ਮੋਟੇ ਬੰਦੇ ਨਹੀਂ ਗਏ, ਉਹ ਸਰਦੇ ਘਰਾਂ ਦੇ ਬੱਚੇ ਆ ਔਰ ਸਰਦੇ ਘਰਾਂ ਦੇ ਲੋਕ ਆ। ਸਾਡੇ ਪਿੰਡ ਦੀਆਂ ਮੈਂ ਦੇਖਦਾ ਕਿ 30 ਕਿੱਲੇ ਪੈਲੀ ਆ, ਪੈਟਰੋਲ ਪੰਪ ਲੱਗੇ ਆ, ਘਰ ਬਾਰ ਚੰਗੇ, ਕੋਠੀਆਂ ਬਣੀਆਂ ਹੋਈਆਂ, ਸਾਰਾ ਕੁਛ ਛੱਡ ਕੇ ਜਦੋਂ ਇੰਗਲੈਂਡ ਜਾ ਕੇ ਆਲੂ ਪੱਟਦੇ ਆ ਜਾਂ ਹੋਰ ਇਹੋ ਜਿਹੀਆਂ ਕੰਮ ਕਰਦੇ ਆ, ਵੀ ਦੱਸੋ ਕਿੰਨਾ ਸ਼ਾਨ ਵਾਲੀ ਗੱਲ ਹੈਗੀ ਹੈ। ਕਹਿਣ ਦਾ ਮਤਲਬ ਜਿਸ ਤਰ੍ਹਾਂ ਖੱਖ ਸਾਹਿਬ ਨੇ ਦੱਸਿਆ ਕਿ ਐਵੇਂ ਇਹਨਾਂ ਚਕਾਚੌਂਦ 'ਚ ਨਹੀਂ ਫਸ ਜਾਣਾ। ਬਾਹਰ ਦੀ ਜ਼ਿੰਦਗੀ ਕੋਈ ਬਹੁਤ ਵਧੀਆ ਜ਼ਿੰਦਗੀ ਨਹੀਂ, ਜੇ ਸਭ ਤੋਂ ਵਧੀਆ ਜ਼ਿੰਦਗੀ ਆ ਤਾਂ ਉਹ ਸਿਰਫ ਅਤੇ ਸਿਰਫ ਆਪਣੀ ਆ, ਆਪਣੇ ਦੇਸ਼ ਦੀ ਆ, ਤੁਹਾਡੀ ਆ। ਤੁਸੀਂ ਅੰਦਾਜ਼ਾ ਲਾਓ ਵੀ ਆਪਣਾ ਘਰ ਬਾਰ, ਆਪਣਾ ਸੱਭਿਆਚਾਰ, ਆਪਣੇ ਮਾਂ ਬਾਪ, ਆਪਣੇ ਰਿਸ਼ਤੇਦਾਰ, ਸਾਰਾ ਕੁਛ ਛੱਡ ਕੇ, ਆਪਣੀ ਜਨਮ ਭੂਮੀ ਛੱਡ ਕੇ, ਆਪਣੀ ਮਾਤ ਬੋਲੀ ਛੱਡ ਕੇ, ਮਾਤ ਭਾਸ਼ਾ ਛੱਡ ਕੇ ਉੱਥੇ ਜਾਣ ਨੂੰ ਕਾਹਲੇ ਹੋ ਜਾਓ ਜਿੱਥੇ ਨਾ ਤਾਂ ਸਾਡੀ ਕੋਈ ਰਿਸ਼ਤੇਦਾਰੀ ਆ, ਨਾ ਉਹ ਮੌਸਮ ਸਾਡੇ ਫਿੱਟ ਆ, ਨਾ ਉੱਥੇ ਕੋਈ ਸਾਡਾ ਨੇੜੇ ਤੇੜੇ ਦਾ ਕੋਈ ਰਿਸ਼ਤੇਦਾਰ ਜਾਂ ਕੋਈ ਹੋਰ ਬੰਦਾ ਰਹਿੰਦਾ, ਨਾ ਅਸੀਂ ਉੱਥੋਂ ਦੇ ਲੋਕਾਂ ਨੂੰ ਜਾਣਦੇ ਹਾਂ, ਨਾ ਉਹਨਾਂ ਨਾਲ ਸਾਡੀ ਕੋਈ ਹਮਦਰਦੀ ਆ। ਤਾਂ ਫਿਰ ਕਿਸ ਗੱਲ ਦੇ ਲਈ ਸਿਰਫ ਇੱਕ ਪੈਸੇ ਦੇ ਬਦਲੇ ਆਪਾਂ ਸਾਰਾ ਕੁਝ ਛੱਡ ਕੇ। ਹੁਣ ਤੋਂ ਬਾਅਦ ਅੱਜ ਦੇ ਮੁੱਖ ਬੁਲਾਰੇ ਸ਼੍ਰੀ ਸਤਪਾਲ ਜੌਲ ਜੀ, ਉਹਨਾਂ ਨੂੰ ਮੈਂ ਇੱਥੇ ਆਉਣ ਲਈ ਸੱਦਾ ਦਿੰਦਾ, ਉਹ ਮੰਚ 'ਤੇ ਆਉਣ। ਜ਼ਰਾ ਦੱਸੋਗੇ ਕਿ ਜਿਹੜੀਆਂ ਗੱਲਾਂ ਦੇਸ਼ਰਾਜ ਜੀ ਨੇ ਬਾਹਰਲੀ ਜ਼ਿੰਦਗੀ ਬਾਰੇ ਦੱਸੀਆਂ ਕਿੰਨਿਆਂ ਕੁ ਨੂੰ ਸਮਝ ਆਈਆਂ? ਹੱਥ ਖੜੇ ਕਰੋਗੇ, ਕਿੰਨਿਆਂ ਨੂੰ ਸਮਝ ਆਈਆਂ, ਸੱਚੀਆਂ ਲੱਗਦੀਆਂ ਤੁਹਾਨੂੰ ਜਾਣਾ ਬਾਹਰਲੇ ਦੇਸ਼? ਜਿੰਨੀਆਂ ਵੀ ਗੱਲਾਂ ਇਹਨਾਂ ਨੇ ਬਾਹਰਲੀ ਜ਼ਿੰਦਗੀ ਬਾਰੇ ਕੀਤੀਆਂ, ਬਾਖੂਬੀ ਇਹਨਾਂ ਨੇ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਆ। ਸਰਦਾਰ ਨਿਰਮਲ ਸਿੰਘ ਜੀ ਨੇ ਖੱਖ ਨੇ ਆਪਣੀਆਂ ਗੱਲਾਂ ਬਹੁਤ ਵਧੀਆ ਤਰੀਕੇ ਦੇ ਨਾਲ ਤੁਹਾਨੂੰ ਦੱਸੀਆਂ, ਕਿਉਂਕਿ ਇਹਨਾਂ ਨੂੰ ਵੀ ਕਈ ਦੇਸ਼ਾਂ ਦੇ ਵਿੱਚ ਜਾਣ ਦਾ ਮੌਕਾ ਮਿਲਿਆ। ਇਸੇ ਤਰੀਕੇ ਦੇ ਨਾਲ ਵੱਖ ਵੱਖ ਦੇਸ਼ਾਂ ਦੇ ਵਿੱਚ ਜਿੱਥੋਂ ਤੱਕ ਵੀ ਮੈਂ ਜਾ ਸਕਿਆ, ਪੂਰਬ ਤੋਂ ਲੈ ਕੇ ਪੱਛਮ ਤੱਕ, ਉੱਤਰ ਤੋਂ ਲੈ ਕੇ ਦੱਖਣ ਤੱਕ, ਅਤੇ ਵੱਖ ਵੱਖ ਤਰ੍ਹਾਂ ਦੇ ਮਨੁੱਖਾਂ ਦੀਆਂ ਜ਼ਿੰਦਗੀਆਂ ਨੂੰ ਨੇੜਿਓਂ ਹੋ ਕੇ ਘੋਖਣ ਦੀ ਕੋਸ਼ਿਸ਼ ਕੀਤੀ ਕਿ ਕੋਈ ਵਿਅਕਤੀ ਬਹੁਤ ਕਾਮਯਾਬ ਕਿਉਂ ਹੈ ਅਤੇ ਕੋਈ ਵਿਅਕਤੀ ਬਹੁਤ ਕਾਮਯਾਬ ਕਿਉਂ ਨਹੀਂ ਹੈ ਅਤੇ ਕੋਈ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚ ਬਿਲਕੁਲ ਫਲਾਪ ਕਿਉਂ ਹੈ। ਅਤੇ ਮੈਂ ਇਹ ਦੇਖਿਆ ਕਿ ਜਿਸ ਤਰ੍ਹਾਂ ਦੋ ਨੇਤਰ ਤੁਹਾਨੂੰ ਸਾਰਿਆਂ ਨੂੰ ਮਿਲੇ ਹੋਏ ਹੈ, ਆਪਾਂ ਸਾਰਿਆਂ ਨੂੰ, ਕਿ ਆਪਾਂ ਦੋ ਨੇਤਰਾਂ ਦੇ ਨਾਲ, ਦੋ ਅੱਖਾਂ ਦੇ ਨਾਲ ਇਸ ਸੰਸਾਰ ਨੂੰ ਦੇਖਦੇ ਹਾਂ, ਲੇਕਿਨ ਕਿ ਇੱਕ ਹੋਰ ਨੇਤਰ ਸਾਨੂੰ ਖੋਲ੍ਹਣਾ ਪੈਂਦਾ ਆਪਣਾ, ਜਿਹਦੇ ਨਾਲ ਕਿ ਅਸੀਂ ਆਪਣੀ ਜ਼ਿੰਦਗੀ ਦੇ ਰਾਹ ਨੂੰ ਪਛਾਣ ਸਕੀਏ। ਉਹ ਨੇਤਰ ਖੁੱਲ੍ਹਦਾ ਤਦ ਹੀ ਹੈ ਗਿਆਨ ਦਾ ਜਦੋਂ ਕਿ ਅਸੀਂ ਵਿੱਦਿਆ, ਉੱਚ ਸਿੱਖਿਆ ਗ੍ਰਹਿਣ ਕਰਦੇ ਹਾਂ। ਅਤੇ ਲੇਕਿਨ ਕਿ ਜੇ ਕਿਸੇ ਵੀ ਤੱਥ ਪੜੱਥ ਦੇ ਵਿੱਚ, ਭਾਵੇਂ ਕਿ ਉਹ ਵਿਦੇਸ਼ ਜਾਣ ਦੀ ਕਾਹਲ ਹੋਵੇ ਅਤੇ ਭਾਵੇਂ ਕੋਈ ਵੀ ਆਨਾ ਬਹਾਨਾ ਹੋਵੇ ਕਿ ਸਾਡਾ ਦਿਲ ਨਹੀਂ ਲੱਗਦਾ ਪੜ੍ਹਾਈ ਦੇ ਵਿੱਚ, ਇਹ ਬਹੁਤ ਔਖਾ ਕੰਮ ਹੈ, ਜਿਨ੍ਹਾਂ ਬੱਚਿਆਂ ਨੇ ਪੜ੍ਹਨ ਦੀ ਉਮਰ ਦੇ ਵਿੱਚ ਇਸ ਤਰੀਕੇ ਦੇ ਨਾਲ ਸੋਚ ਲਿਆ ਕਿ ਪੜ੍ਹਨ ਦਾ ਕੋਈ ਫਾਇਦਾ ਨਹੀਂ, ਪੜ੍ਹ ਕੇ ਨੌਕਰੀ ਨਹੀਂ ਮਿਲਣੀ, ਪੜ੍ਹਨ ਦੇ ਨਾਲ ਤਾਂ ਮੇਰਾ ਟਾਈਮ ਖਰਾਬ ਹੁੰਦਾ ਹੈ ਜਾਂ ਮੇਰਾ ਦਿਲ ਨਹੀਂ ਲੱਗਦਾ ਪੜ੍ਹਾਈ ਵਿੱਚ, ਮੈਂ ਦੇਖਿਆ ਕਿ ਜ਼ਿੰਦਗੀ ਦੇ ਵਿੱਚ ਉਹ ਲੋਕ ਵੱਡੇ ਹੋ ਕੇ ਬਹੁਤ ਪਛੜ ਗਏ। ਅਤੇ ਜਦੋਂ ਟੋਕਰੀ ਢੋਂਦੇ ਆ, ਜਦੋਂ ਪੜ੍ਹੇ ਲਿਖੇ ਲੋਕਾਂ ਦੇ ਮੁਕਾਬਲੇ 'ਚ ਉਹਨਾਂ ਨੂੰ
ਉਨੇ ਮੌਕੇ ਨਹੀਂ ਮਿਲਦੇ, ਅਪਰਚੁਨਿਟੀਜ਼ ਨਹੀਂ ਮਿਲਦੀਆਂ ਜ਼ਿੰਦਗੀ 'ਚ ਅੱਗੇ ਵਧਣ ਦੀਆਂ, ਤਾਂ ਫਿਰ ਪਛਤਾਉਂਦੇ ਆ, ਪਛਤਾ ਕੇ ਤਾਂ ਫਿਰ ਜਦੋਂ ਆਪਣੇ ਪਰਿਵਾਰ ਸਿਰਜਦੇ ਆ, ਉਹਨਾਂ ਦੇ ਆਪਣੇ ਬੱਚੇ ਹੁੰਦੇ ਆ, ਤਾਂ ਫਿਰ ਕੋਸ਼ਿਸ਼ ਕਰਦੇ ਆ ਕਿ ਉਹਨਾਂ ਦੇ ਬੱਚੇ ਉੱਚ ਵਿੱਦਿਆ ਪ੍ਰਾਪਤ ਕਰਨ, ਤਾਂ ਕਿ ਉਹਨਾਂ ਨੂੰ ਜ਼ਿੰਦਗੀ 'ਚ ਅੱਗੇ ਨਿਕਲਣ ਦੇ ਵੱਧ ਤੋਂ ਵੱਧ ਮੌਕੇ ਪ੍ਰਾਪਤ ਹੋਣ। ਸੁਰਜੀਤ ਸਿੰਘ ਜੀ ਟਿੱਬਾ ਬਹੁਤ ਬਾਖੂਬੀ ਕਿਹਾ ਕਰਦੇ ਆ ਕਿ ਸਾਰੇ ਮਾਪੇ ਬੱਚਿਆਂ ਦੇ ਵਿੱਚ ਆਪਣੇ ਉਹ ਸੁਪਨੇ ਪੂਰੇ ਹੋਏ ਦੇਖਣਾ ਚਾਹੁੰਦੇ ਆ ਜਿਹੜੇ ਕਿ ਉਹ ਆਪ ਪੂਰੇ ਨਹੀਂ ਕਰ ਸਕਦੇ। ਸੋ ਤੁਸੀਂ ਸਾਰੇ, ਤੁਹਾਡੇ ਵਿੱਚ ਤੁਹਾਡੇ ਮਾਪੇ ਤੁਹਾਨੂੰ ਤਿਆਰ ਕਰਕੇ ਭੇਜਦੇ ਨੇ, ਤੁਹਾਨੂੰ ਖਾਣਾ ਦਿੰਦੇ ਨੇ, ਤੁਹਾਡੀ ਪੜ੍ਹਾਈ ਦਾ ਫਿਕਰ ਕਰਦੇ ਨੇ, ਹਰ ਤਰ੍ਹਾਂ ਸਵੇਰੇ ਸ਼ਾਮ ਤੁਹਾਡਾ ਖਿਆਲ ਕਰਦੇ ਆ, ਵਰਦੀਆਂ ਤੁਹਾਨੂੰ ਲੈ ਕੇ ਦਿੰਦੇ ਆ, ਸਾਰੇ ਤਰ੍ਹਾਂ ਦੇ ਖਰਚੇ ਤੁਹਾਡੇ ਉਠਾਉਂਦੇ ਆ, ਇਸ ਕਰਕੇ ਕਿ ਤੁਸੀਂ ਕੋਈ ਬਿਹਤਰ ਮਨੁੱਖ ਬਣ ਜਾਓ, ਜਿਹੜੇ ਸੁਪਨੇ ਉਹ ਸਾਕਾਰ ਨਹੀਂ ਕਰ ਸਕੇ, ਪੜ੍ਹ ਲਿਖ ਕੇ ਤੁਸੀਂ ਸਾਕਾਰ ਕਰ ਜਾਓ। ਅਤੇ ਮੈਨੂੰ ਨਹੀਂ ਲੱਗਦਾ ਕਿ 24 ਘੰਟੇ ਰੋਜ਼ਾਨਾ ਹੀ ਪੜ੍ਹਨ ਤੋਂ ਬਿਨਾਂ ਤੁਹਾਨੂੰ ਸਾਰਿਆਂ ਨੂੰ ਹੋਰ ਵੀ ਕੋਈ ਕੰਮ ਹੋਊਗਾ, ਲੇਕਿਨ ਤੁਹਾਡਾ ਮੁੱਖ ਕੰਮ ਪੜ੍ਹਨਾ ਹੀ ਹੈ। ਕੋਈ ਮਾਪਾ ਹੈ ਅਜਿਹਾ ਜਿਹੜਾ ਤੁਹਾਨੂੰ ਪੜ੍ਹਨ ਤੋਂ ਰੋਕਦਾ? ਕੋਈ ਅਧਿਆਪਕ ਐਸਾ ਹੈ ਜਿਹੜਾ ਪੜ੍ਹਨ ਤੋਂ ਤੁਹਾਨੂੰ ਰੋਕਦਾ? ਅਤੇ ਫਿਰ ਸਾਰੇ ਪੜ੍ਹਦੇ ਹੋ? ਸ਼ਾਬਾਸ਼। ਸੋ ਉੱਚ ਵਿੱਦਿਆ ਗ੍ਰਹਿਣ ਕਰਨਾ, ਪੜ੍ਹੇ ਲਿਖੇ ਵਿਅਕਤੀ, ਮੈਂ ਦੇਖਿਆ ਜੀ ਕਿ ਦੇਸ਼ ਹੋਵੇ ਜਾਂ ਵਿਦੇਸ਼ ਹੋਵੇ, ਕਦਰ ਉਸ ਵਿਅਕਤੀ ਦੀ ਹੈ ਜਿਹੜਾ ਉੱਚ ਵਿੱਦਿਆ ਗ੍ਰਹਿਣ ਕਰਕੇ ਕੋਈ ਨਾ ਕੋਈ ਆਪਣੇ ਅੰਦਰ ਹੁਨਰ ਜਾਂ ਸਮਰੱਥਾ ਪੈਦਾ ਕਰ ਲੈਂਦਾ ਹੈ। ਸੋ ਅਕਸਰ ਸ਼ਿਕਾਇਤ ਕਰਦੇ ਨੇ ਬਹੁਤ ਸਾਰੇ ਨੌਜਵਾਨ ਕਿ ਉਹਨਾਂ ਨੂੰ ਨੌਕਰੀ ਨਹੀਂ ਮਿਲੀ ਪੜ੍ਹ ਲਿਖ ਕੇ, ਪਰ ਬਹੁਤੀ ਵਾਰੀ ਮੈਂ ਦੇਖਦਾ ਕਿ ਬਹੁਤ ਸਾਰੇ ਵੱਡੀ ਤਾਦਾਦ ਦੇ ਵਿੱਚ ਜਿਹੜੇ ਪੜ੍ਹੇ ਲਿਖੇ ਲੋਕ ਹੁੰਦੇ ਆ, ਉਹਨਾਂ ਨੇ ਕਿਉਂਕਿ ਕੁਝ ਜਮਾਤਾਂ ਹੀ ਪੜ੍ਹੀਆਂ ਹੁੰਦੀਆਂ, ਕੋਈ ਨਾ ਕੋਈ ਸਰਟੀਫਿਕੇਟ ਤਾਂ ਉਹਨਾਂ ਦੀ ਜੇਬ ਦੇ ਵਿੱਚ ਹੁੰਦਾ, ਪਰ ਕੋਈ ਸਕਿੱਲ, ਕੋਈ ਹੁਨਰ ਉਹਨਾਂ ਦੇ ਕੋਲ ਅਜਿਹਾ ਨਹੀਂ ਹੁੰਦਾ ਜਿਸ ਤੋਂ ਕਿਸੇ ਹੋਰ ਕੰਪਨੀ ਨੂੰ ਜਾਂ ਸਰਕਾਰ ਨੂੰ ਜਾਂ ਕਿਸੇ ਵਿਭਾਗ ਨੂੰ ਲੱਗੇ ਕਿ ਇਸ ਵਿਅਕਤੀ ਦੇ ਅੰਦਰ ਕੋਈ ਇਸ ਕਿਸਮ ਦੀ ਸਕਿੱਲ ਹੈ ਜਿਸ ਨੂੰ ਕਿ ਅਸੀਂ ਤੁਰੰਤ ਲੈ ਕਰਕੇ ਉਸ ਦਾ ਕੋਈ ਫਾਇਦਾ ਲੈ ਸਕਦੇ ਹਾਂ। ਸੋ ਮੈਂ ਦੇਖਿਆ ਕਿ ਜਿੰਨੇ ਸਕਿੱਲਡ ਲੋਕ ਨੇ, ਜਿੰਨੇ ਹੁਨਰਮੰਦ ਲੋਕ ਨੇ, ਉਹ ਬਹੁਤ ਘੱਟ ਬੇਰੁਜ਼ਗਾਰ ਨੇ ਜਾਂ ਬਿਲਕੁਲ ਬੇਰੁਜ਼ਗਾਰ ਨਹੀਂ ਹਨ। ਸੋ ਤੁਸੀਂ ਪੜ੍ਹਾਈ ਲਿਖਾਈ ਦੇ ਨਾਲ ਨਾਲ ਕੋਈ ਨਾ ਕੋਈ ਤਕਨੀਕੀ ਸਿੱਖਿਆ, ਆਪਣੇ ਆਪ ਦੇ ਅੰਦਰ ਕੋਈ ਤਕਨੀਕੀ ਗੁਣ ਜ਼ਰੂਰ ਪੈਦਾ ਕਰਨਾ, ਤਾਂ ਮੈਨੂੰ ਨਹੀਂ ਲੱਗਦਾ ਕਿ ਫਿਰ ਮਨਚਾਹੀ ਨੌਕਰੀ ਤੁਹਾਨੂੰ ਕਿਤੇ ਪ੍ਰਾਪਤ ਨਹੀਂ ਹੋਏਗੀ। ਮੈਂ ਇਹੋ ਜਿਹੇ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਸਾਰੀ ਧਰਤੀ 'ਤੇ, ਕਾਫੀ ਸਾਰੇ ਦੇਸ਼ਾਂ ਦੇ ਵਿੱਚ, ਜਿਨ੍ਹਾਂ ਨੇ ਕਿ ਪੜ੍ਹਾਈ ਲਿਖਾਈ ਦੇ ਨਾਲ ਆਪਣੇ ਅੰਦਰ ਵੱਧ ਤੋਂ ਵੱਧ ਗਿਆਨ, ਵੱਧ ਤੋਂ ਵੱਧ ਜਾਣਕਾਰੀਆਂ, ਵੱਧ ਤੋਂ ਵੱਧ ਹੁਨਰ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਕਦੀ ਨੌਕਰੀ ਨਾ ਮਿਲੀ ਹੋਵੇ। ਸੋ ਨੌਕਰੀ ਨਾ ਮਿਲਣ ਦਾ ਰੋਣਾ ਸਿਰਫ ਉਹਨਾਂ ਲੋਕਾਂ ਦੇ ਪੱਲੇ ਹੈ ਜਿਨ੍ਹਾਂ ਨੇ ਕਿ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਤਕਨੀਕੀ ਤੌਰ 'ਤੇ ਮਾਹਰ ਨਹੀਂ ਬਣਾਇਆ। ਸੋ ਮੇਰੇ ਕੋਲ ਬਹੁਤ ਸਾਰੀਆਂ ਅਜਿਹੀਆਂ ਉਦਾਹਰਨਾਂ ਨੇ ਜਿਨ੍ਹਾਂ ਦੇ ਵਿੱਚ ਕਿ ਕੁਝ ਵਿਅਕਤੀ ਕਲਾਸਾਂ ਪੜ੍ਹ ਕੇ MA ਕਰ ਗਏ ਹਾਂ ਜੀ, ਅਸੀਂ BA ਕਰ ਗਏ ਹਾਂ ਜੀ, ਹੁਣ ਸਾਨੂੰ ਨੌਕਰੀ ਚਾਹੀਦੀ ਹੈ, ਪਰ ਕਦੀ ਆਪਾਂ ਪੜਚੋਲ ਨਹੀਂ ਕੀਤੀ ਕਿ ਸਾਨੂੰ ਕਿਹੜੀ ਨੌਕਰੀ ਦੇ ਅਸੀਂ ਯੋਗ ਹਾਂ, ਅਸੀਂ ਕੰਮ ਕਰ ਕਿਹੜਾ ਸਕਦੇ ਹਾਂ। ਸੋ ਹਮੇਸ਼ਾ ਆਪਣੇ ਆਪ ਨੂੰ ਪੁੱਛਣਾ ਕਿ ਜਿਸ ਕਿਸਮ ਦੀ ਵੀ ਤੁਹਾਨੂੰ ਨੌਕਰੀ ਚਾਹੀਦੀ ਹੈ ਕਿ ਤੁਸੀਂ ਉਹ ਕਰਨ ਦੇ ਯੋਗ ਹੋ, ਕੋਈ ਅਜਿਹੀ ਮੁਹਾਰਤ ਆਪਣੇ ਆਪ ਦੇ ਵਿੱਚ ਲਿਆਂਦੀ ਹੈ, ਅਤੇ ਫਿਰ ਦੇਖਣਾ ਕਿ ਜੇ ਤੁਹਾਡੇ ਅੰਦਰ ਮੁਹਾਰਤਾਂ ਨੇ ਅਤੇ ਕਿੰਨੀ ਕੁ ਘਾਟ ਹੋਏਗੀ ਤੁਹਾਨੂੰ ਨੌਕਰੀ ਦੀ। ਮੈਨੂੰ ਇਹ ਲੱਗਦਾ ਕਿ ਤੁਸੀਂ ਆਪਣੀ ਨੌਕਰੀ ਆਪ ਹੀ ਨਹੀਂ ਪੈਦਾ ਕਰ ਲਓਗੇ, ਸਗੋਂ ਕਿ ਬਹੁਤ ਸਾਰੇ ਲੋਕਾਂ ਨੂੰ ਤੁਸੀਂ ਨੌਕਰੀ ਦੇਣ ਦੇ ਕਾਬਲ ਵੀ ਹੋ ਸਕਦੇ ਹੋ ਜੇ ਆਪਣੇ ਅੰਦਰ ਮੁਹਾਰਤ ਅਤੇ ਸਮਰੱਥਾ ਪੈਦਾ ਕਰੋਗੇ। ਜਿਸ ਤਰ੍ਹਾਂ ਦੇਸਰਾਜ ਜੀ ਨੇ ਦੱਸਿਆ ਹੀ ਹੈ ਕਿ ਸਰਕਾਰਾਂ, ਭਾਵੇਂ ਕਿ ਆਪਾਂ ਸਰਕਾਰਾਂ ਵੱਲ ਨੂੰ ਬਹੁਤ ਦੇਖਦੇ ਹਾਂ ਕਿ ਸਰਕਾਰ ਸਾਨੂੰ ਨੌਕਰੀ ਦੇਵੇ, ਪਰ ਮੈਂ ਅਕਸਰ ਦੇਖਦਾ ਕਿ ਸਰਕਾਰ ਸਾਰੀ ਦੁਨੀਆ ਦੇ ਵਿੱਚ, ਭਾਵੇਂ ਕਿਸੇ ਵੀ ਦੇਸ਼ ਦੇ ਵਿੱਚ ਹੋਵੇ, ਉਹ ਸਾਰਿਆਂ ਨੂੰ ਨੌਕਰੀ ਦੇਣ ਦੇ ਕਾਬਲ ਨਹੀਂ ਹੁੰਦੀ ਹੈ। ਕਿਉਂਕਿ ਆਪਾਂ ਦੇਖ ਰਹੇ ਸੀ ਕਿ ਪਿਛਲੇ ਸਾਲਾਂ ਦੇ ਵਿੱਚ ਬੜੀ ਇਹ ਗੱਲ ਸੁਣਨ ਨੂੰ ਮਿਲੀ ਸੀ ਕਿ 47 ਲੱਖ ਪੰਜਾਬ ਦੇ ਵਿੱਚ ਲੋਕ ਬੇਰੁਜ਼ਗਾਰ ਹੈ। ਫਿਰ ਉਹ ਕਹਿਣ ਲੱਗੇ ਜੀ ਅਸੀਂ 5 ਸਾਲ ਦੀ ਜਿਹੜੀ ਸਰਕਾਰ ਚਲਾਈ ਹੈ ਅਤੇ ਵਿੱਚ 1 ਲੱਖ ਲੋਕਾਂ ਨੂੰ ਅਸੀਂ ਰੋਜ਼ਗਾਰ ਦਿੱਤਾ। ਅਸੀਂ ਕਿਹਾ ਜੀ 47 ਲੱਖ ਦੇ ਵਿੱਚੋਂ 1 ਲੱਖ ਨੂੰ 5 ਸਾਲਾਂ 'ਚ ਰੋਜ਼ਗਾਰ ਦਿੱਤਾ, ਅਤੇ 47 ਲੱਖ ਨੂੰ ਰੋਜ਼ਗਾਰ ਕਦੋਂ ਮਿਲੂਗਾ? ਜਰਾ 5 'ਤੇ ਗੁਣਾ ਕਰੀਏ ਅਤੇ ਉਦੋਂ ਤੱਕ ਤਾਂ ਆਪਾਂ ਸੰਸਾਰ 'ਚੋਂ ਕਦੋਂ ਦੇ ਚਲੇ ਗਏ ਹੋਵਾਂਗੇ। ਸੋ ਇਸ ਤਰੀਕੇ ਦੇ ਨਾਲ ਜ਼ੋਰ ਇਸ ਗੱਲ 'ਤੇ ਦਿੱਤਾ ਜਾਂਦਾ ਕਿ ਹਰ ਇੱਕ ਵਿਅਕਤੀ ਆਪ ਆਪਣੇ ਅੰਦਰ ਮੁਹਾਰਤ, ਕੋਈ ਸਕਿੱਲ ਪੈਦਾ ਕਰਕੇ, ਕੋਈ ਹੁਨਰ ਪੈਦਾ ਕਰਕੇ ਆਪਣਾ ਰੋਜ਼ਗਾਰ ਬਣਾਵੇ।
ਹੋਰਨਾਂ ਲੋਕਾਂ ਨੂੰ ਰੋਜ਼ਗਾਰ ਦੇਣ ਦੀ ਕੋਸ਼ਿਸ਼ ਕਰੇ। ਜਿੰਨੀ ਕੁ ਸਰਕਾਰ ਦੀ ਸਮਰੱਥਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਸਰਕਾਰਾਂ ਉਸ ਤੋਂ ਕਦੀ ਪਿੱਛੇ ਰਹਿਣ ਦੀ ਕੋਸ਼ਿਸ਼ ਕਰਦੀਆਂ, ਪਰ ਇਹ ਜ਼ਰੂਰ ਹੈ ਕਿ ਦੇਸਰਾ ਜੀ ਜਿਵੇਂ ਕਹਿੰਦੇ ਆ ਕਿ ਜਿੰਨਾ ਚਿਰ ਤੁਸੀਂ ਰੋਂਦੇ ਨਹੀਂ ਤੁਹਾਡੀ ਉਹਨਾਂ ਚਿਰ ਪੁੱਛਗਿੱਛ ਨਹੀਂ ਹੈ, ਪਰ ਉੱਧਰਲੀਆਂ ਵਿਕਸਿਤ ਦੇਸ਼ਾਂ ਦੀਆਂ ਸਰਕਾਰਾਂ ਥੋੜ੍ਹਾ ਜਿਹਾ ਇਸ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੀਆਂ ਕਿ ਕਿਸੇ ਨੂੰ ਰੋਣਾ ਪਵੇ ਨਾ। ਸੋ ਜੋ ਬੁਨਿਆਦੀ ਸਹੂਲਤਾਂ ਨੇ ਉਹ ਨਾਗਰਿਕਾਂ ਨੂੰ ਆਪਣੇ ਆਪ ਮਿਲਣੀਆਂ ਨੇ, ਸੋ ਇਹ ਸਰਕਾਰਾਂ ਦੀ ਡਿਊਟੀ ਦੇ ਵਿੱਚ ਸ਼ਾਮਲ ਹੈ। ਸਰਕਾਰਾਂ ਨੇ ਡਿਊਟੀ ਉਦੋਂ ਨਹੀਂ ਆਪਣੀ ਪੂਰੀ ਕਰਨੀ ਜਦੋਂ ਹੜਤਾਲਾਂ ਅਤੇ ਮੁਜ਼ਾਰੇ ਹੋਣੇ ਸ਼ੁਰੂ ਹੋ ਜਾਣੇ ਹੈ, ਜਦੋਂ ਲੋਕਾਂ ਨੇ ਰੋਣਾ ਕਰਲਾਉਣਾ ਸ਼ੁਰੂ ਕਰ ਦੇਣਾ, ਪਰ ਵੋਟ ਦੇ ਕੇ ਸਰਕਾਰਾਂ ਨੂੰ ਚੁਣਿਆ ਹੀ ਇਸ ਕਰਕੇ ਗਿਆ ਕਿ ਉਹ ਆਪਣੇ ਫਰਜ਼ ਨਿਭਾਉਣਗੀਆਂ। ਆਪਣੇ ਫਰਜ਼ ਨਿਭਾਉਣ ਦੇ ਵਿੱਚ ਉੱਥੋਂ ਦੀ ਰਾਜਨੀਤਿਕ ਜੋ ਕਹਿ ਲਓ ਕਿ ਪਰੰਪਰਾ ਹੈ ਉਸ ਦੇ ਵਿੱਚ ਕੁਤਾਹੀ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ, ਇਸੇ ਕਰਕੇ ਉਹ ਸਾਡੇ ਤੋਂ ਅੱਗੇ ਨੇ, ਸਾਡੇ ਤੋਂ ਅੱਗੇ ਹਨ, ਇਸ ਕਰਕੇ ਉਹ ਸਾਨੂੰ ਚੰਗੇ ਲੱਗਦੇ ਨੇ। ਅਤੇ ਲੇਕਿਨ ਕਿ ਬਹੁਤ ਵਾਰ ਆਪਾਂ ਦੇਖਦੇ ਹਾਂ ਕਿ ਸਾਡੇ ਸਮਾਜ ਦੇ ਵਿੱਚ ਅੱਜ ਕੱਲ੍ਹ ਬਹੁਤ ਰੋਣਾ ਇਸ ਗੱਲ ਦਾ ਪਿਆ ਹੋਇਆ ਕਿ ਸਾਡੇ ਸਮਾਜ ਦੇ ਵਿੱਚ ਬੁਰਾਈਆਂ ਬਹੁਤ ਆ ਰਹੀਆਂ, ਫਿਰ ਕਹਿੰਦੇ ਜੀ ਬੁਰਾਈਆਂ ਕਿਉਂ ਆ ਰਹੀਆਂ, ਫਿਰ ਕਹਿੰਦੇ ਨੇ ਕਿ ਪੱਛਮ ਦਾ ਹਮਲਾ ਹੋ ਰਿਹਾ ਹੋਇਆ ਇਸ ਕਰਕੇ ਬੁਰਾਈਆਂ ਬਹੁਤ ਆਈਆਂ ਹੋਈਆਂ ਨੇ। ਪਰ ਮੈਂ ਕਹਿੰਦਾ ਉਹਨਾਂ ਕਿ ਪੱਛਮ ਦਾ ਹਮਲਾ ਤਾਂ ਕੋਈ ਬੁਰੀ ਗੱਲ ਨਹੀਂ, ਪਰ ਅਸੀਂ ਕਿਉਂਕਿ ਜੇ ਕਿਸੇ ਵਿਅਕਤੀ ਦੀਆਂ, ਅਸੀਂ ਕਹਿੰਦੇ ਨਾ ਕਿ ਜੈਸੀ ਸੰਗਤ ਵੈਸੀ ਰੰਗਤ, ਸੋ ਜੇ ਇਸ ਕਿਸਮ ਦੇ ਔਗਣ ਜਾਂ ਗੁਣ ਅਸੀਂ ਆਪਣੀ ਸੰਗਤ 'ਚੋਂ ਗ੍ਰਹਿਣ ਕਰਦੇ ਜਾਵਾਂਗੇ, ਉਸ ਕਿਸਮ ਦੇ ਅਸੀਂ ਮਨੁੱਖ ਹੁੰਦੇ ਜਾਵਾਂਗੇ। ਪੱਛਮੀ ਲੋਕਾਂ ਦੀਆਂ, ਉਹਨਾਂ ਦੇਸ਼ਾਂ ਦੇ ਲੋਕਾਂ ਦੀਆਂ ਜੋ ਬੁਰਾਈਆਂ ਹਨ, ਸਮਾਜ ਦੇ ਜੋ ਘਟੀਆ ਪ੍ਰਚਲਨ ਹਨ, ਜੇ ਉਹ ਸਾਨੂੰ ਚੰਗੇ ਲੱਗਦੇ ਨੇ ਤਾਂ ਕੁਦਰਤੀ ਤੌਰ 'ਤੇ ਕਿ ਸਾਡੇ 'ਚ ਬੁਰਾਈਆਂ ਆਉਣਗੀਆਂ। ਪੱਛਮ ਦੇ ਲੋਕਾਂ ਨੇ ਤਰੱਕੀਆਂ ਸਾਡੇ ਤੋਂ ਇਸ ਕਰਕੇ ਜ਼ਿਆਦਾ ਕੀਤੀਆਂ ਨੇ ਜਲਦੀ, ਕਿਉਂਕਿ ਉਹ ਇੱਕ ਤਾਂ ਆਪਣੇ ਆਪ ਦੇ ਵਿੱਚ ਹੁਨਰ ਉਹਨਾਂ ਨੇ ਪੈਦਾ ਕੀਤਾ, ਸਕਿੱਲਡ ਹੋਏ, ਮੁਹਾਰਤ ਲਿਆਂਦੀ, ਇਸ ਦੇ ਨਾਲ ਹੀ ਉਹਨਾਂ ਦੇ ਵਿੱਚ ਮਹਾਨ ਵਿੱਦਿਆ ਵਾਲੀਆਂ ਚੰਗਿਆਈਆਂ ਸਨ। ਕੋਈ ਵੀ ਮਨੁੱਖ ਜੀਵਨ ਦੇ ਵਿੱਚ, ਕੋਈ ਵੀ ਦੇਸ਼ ਅੱਗੇ ਵੱਧਦਾ ਤਾਂ ਜੇ ਉਸ ਦੇ ਵਿੱਚ ਚੰਗੇ ਲੋਕ ਜ਼ਿਆਦਾ ਹੋਣ। ਸੋ ਉਸ ਕਹਿ ਲਓ ਕਿ ਕਮਿਊਨਿਟੀ ਦੇ ਲੋਕਾਂ ਨੇ ਮਿਹਨਤ ਹੀ ਇਸ ਤਰੀਕੇ ਦੇ ਨਾਲ ਕੀਤੀ, ਆਪਣੀ ਯੋਗਤਾ ਦੇ ਆਧਾਰ 'ਤੇ, ਕਿ ਆਪਣੇ ਮੁਲਕਾਂ ਨੂੰ ਦੁਨੀਆ ਦੇ ਵਿੱਚ ਨੰਬਰ ਇੱਕ ਬਣਾਇਆ ਆਪਣੀਆਂ ਚੰਗਿਆਈਆਂ ਕਰਕੇ, ਆਪਣੀਆਂ ਬੁਰਾਈਆਂ ਕਰਕੇ ਨਹੀਂ। ਪਰ ਕਮਾਲ ਦੀ ਗੱਲ ਹੈ ਕਿ ਸਾਨੂੰ ਉਹਨਾਂ ਦੀਆਂ ਬੁਰਾਈਆਂ ਚੰਗੀਆਂ ਲੱਗ ਰਹੀਆਂ, ਅਸੀਂ ਉਹਨਾਂ ਦੀਆਂ ਨਾਲੇ ਤਾਂ ਬੁਰਾਈਆਂ ਗ੍ਰਹਿਣ ਕਰੀ ਜਾਂਦੇ ਹਾਂ, ਨਾਲ ਕਹੀ ਜਾਂਦੇ ਕਿ ਸਾਡੇ 'ਤੇ ਪੱਛਮ ਦਾ ਹਮਲਾ ਹੋਇਆ ਹੋਇਆ। ਸੋ ਜੇ ਪੱਛਮ ਦੇ ਹਮਲੇ ਨੂੰ ਮੈਂ ਸਮਝਦਾ ਕਿ ਉਸ ਹਵਾ ਦੇ ਰੁੱਖ ਨੂੰ ਇੱਕ ਨਵੀਂ ਅਸੀਂ ਦਿਸ਼ਾ ਦੇ ਦੇਈਏ, ਬੁਰਾਈਆਂ ਦੀ ਬਜਾਏ ਉਹਨਾਂ ਦੀਆਂ ਚੰਗਿਆਈਆਂ ਗ੍ਰਹਿਣ ਕਰਨੀਆਂ ਸ਼ੁਰੂ ਕਰ ਦੇਈਏ, ਅਤੇ ਫਿਰ ਆਪਾਂ ਨੂੰ ਬਹੁਤੀ ਦੇਰ ਨਹੀਂ ਲੱਗੇ ਕਿ ਅਸੀਂ ਜੇ ਇੱਥੇ ਕੈਲੀਫੋਰਨੀਆ ਬਣਾਉਣਾ ਚਾਹੁੰਦੇ ਹਾਂ, ਅਸੀਂ ਇੱਥੇ ਸਵੀਡਨ ਬਣਾਉਣਾ ਚਾਹੁੰਦੇ ਹਾਂ, ਅਸੀਂ ਫਰਾਂਸ ਬਣਾਉਣਾ ਚਾਹੁੰਦੇ ਹਾਂ, ਮਹਾਰਾਜਾ ਰਣਜੀਤ ਸਿੰਘ ਜੀ ਵਰਗਾ ਰਾਜ ਲਿਆਉਣਾ ਚਾਹੁੰਦੇ ਹਾਂ, ਹੋਰ ਪਤਾ ਨਹੀਂ ਅਸੀਂ ਕੀ ਕੁਝ ਕਰਨਾ ਚਾਹੁੰਦੇ ਹਾਂ, ਕਰ ਲੇਕਿਨ ਕਿ ਸਕਾਂਗੇ ਤਾਂ ਜੇ ਉਹਨਾਂ ਸਮਰੱਥਾਵਾਂ, ਉਹਨਾਂ ਯੋਗਤਾਵਾਂ ਨੂੰ ਅਸੀਂ ਆਪਣੇ ਆਪ ਦੇ ਵਿੱਚ ਲਿਆਵਾਂਗੇ। ਸੋ ਵਿਦੇਸ਼ ਜਾਣ ਦੀ ਲੋੜ ਵੀ ਸਾਨੂੰ ਇਸ ਕਰਕੇ ਮਹਿਸੂਸ ਹੁੰਦੀ ਹੈ ਕਿ ਅਸੀਂ ਕਮਾਈ ਕਰਨਾ ਚਾਹੁੰਦੇ ਹਾਂ, ਅਸੀਂ ਬਹੁਤ ਸਾਰਾ ਪੈਸਾ ਇਕੱਠਾ ਕਰਨਾ ਚਾਹੁੰਦੇ ਹਾਂ, ਅਸੀਂ ਪਦਾਰਥਕ ਸੁੱਖ ਮਾਣਨਾ ਚਾਹੁੰਦੇ ਹਾਂ, ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ, ਅਸੀਂ ਖੁਸ਼ਹਾਲ ਹੋ ਕਰਕੇ ਆਪਣੇ ਮਾਪਿਆਂ ਨੂੰ ਵੀ ਸੁੱਖ ਦੇਣਾ ਚਾਹੁੰਦੇ ਹਾਂ, ਅਤੇ ਮਾਪੇ ਵੀ ਫਟਾਫਟ ਤੁਹਾਡੀ ਕਮਾਈ ਤੁਸੀਂ ਕਰੋ ਅਤੇ ਉਹ ਸੁਖੀ ਹੋਣਾ ਚਾਹੁੰਦੇ ਨੇ, ਆਪਣੇ ਸੁਪਨੇ ਉਹ ਤੁਹਾਡੇ ਤੋਂ ਪੂਰੇ ਹੋਏ ਦੇਖਣਾ ਚਾਹੁੰਦੇ ਨੇ, ਕਰੋ ਇਹ ਸਾਰਾ ਕੁਝ, ਉਹਨਾਂ ਦੇ ਸੁਪਨੇ ਵੀ ਪੂਰੇ ਕਰੋ, ਆਪਣੇ ਸੁਪਨੇ ਵੀ ਪੂਰੇ ਕਰੋ, ਹੋਰ ਵੱਧ ਤੋਂ ਵੱਧ ਜਿੰਨੇ ਮਰਜ਼ੀ ਸੁਪਨੇ ਤੁਸੀਂ ਸਿਰਜੋ, ਲੇਕਿਨ ਕਿ ਸਿਰਜੇ ਹੋਏ ਸੁਪਨੇ ਪੂਰੇ ਹੁੰਦੇ ਉਦੋਂ ਜਦੋਂ ਅਸੀਂ ਪੂਰੇ ਕਰਨ ਦੇ ਲਈ ਸਾਰਥਕ ਯਤਨ ਵੀ ਕਰਦੇ ਹਾਂ, ਅਤੇ ਸਾਰਥਕ ਯਤਨ ਕਰਨ ਦੀ ਸਮਰੱਥਾ ਸਾਡੇ ਵਿੱਚ ਤਦ ਆਉਣੀ ਆ ਜੇ ਅਸੀਂ ਵੱਧ ਤੋਂ ਵੱਧ ਉੱਚ ਵਿੱਦਿਆ ਪ੍ਰਾਪਤ ਕਰਾਂਗੇ। ਅੱਜ ਦੇਖ ਰਹੇ ਹਾਂ ਅਸੀਂ ਕਿ ਸਾਡੇ ਸਮਾਜ ਦੇ ਵਿੱਚ ਬਹੁਤ ਕਾਲੀ ਹੈ, ਖਾਸ ਤੌਰ 'ਤੇ ਮਾਪਿਆਂ ਨੂੰ ਵੀ, ਬੱਚਿਆਂ ਨੂੰ ਵੀ, ਕਿ ਪੜ੍ਹਨਾ ਲਿਖਣਾ ਨਹੀਂ ਹੈ, ਵਿਦੇਸ਼ ਹੀ ਜਾਣਾ, ਬੱਚੇ ਨੂੰ ਪੜ੍ਹਨ ਦਾ ਕੋਈ ਫਾਇਦਾ ਨਹੀਂ, ਇਹਦਾ ਪਾਸਪੋਰਟ ਬਣਾਓ, ਜਹਾਜ਼ 'ਚ ਬਿਠਾਓ, ਵਿਦੇਸ਼ ਭੇਜੋ, ਡਾਲਰ ਕਮਾਏਗਾ ਅਤੇ ਇੱਥੇ ਭੇਜੇਗਾ ਜਾਂ ਭੇਜੇਗੀ। ਅੱਜ ਕੱਲ੍ਹ ਲੜਕੀਆਂ ਦਾ ਵੀ ਇਹੀ ਹਾਲ ਹੈ, ਮਲੇਸ਼ੀਆ ਦੇ ਵਿੱਚ ਕੁੜੀ ਸੜ ਕੇ ਮਰ ਗਈ, 2 ਮਹੀਨੇ ਪਹਿਲਾਂ ਜ਼ੀਰੇ ਤੋਂ ਅਜੇ ਗਈ ਸੀਗੀ, ਉੱਥੇ ਕਿਸੇ ਘਰ ਦੇ ਵਿੱਚ ਸਾਫ਼ ਸਫਾਈ ਦਾ ਕੰਮ ਕਰਦੀ ਸੀਗੀ, ਨੌਕਰਾਣੀ ਸੀ। ਜਿਹੜਾ ਕੰਮ ਇੱਥੇ ਤੁਸੀਂ ਸ਼ਾਇਦ ਲੋਕਾਂ ਕੋਲੋਂ ਆਪਣੇ ਘਰਾਂ ਦੇ ਵਿੱਚ ਕਰਾਉਂਦੇ ਹੋ, ਉਹ ਉੱਥੇ ਜਾ ਕੇ ਉਹ ਕੰਮ ਕਰਦੀ ਸੀ। 90% ਉਹਦੀ ਲਾਸ਼ ਸੜੀ ਹੋਈ ਘਰ ਦੇ ਵਿੱਚੋਂ ਮਿਲੀ ਹੈ, ਕਿਸੇ ਬੈਂਕ ਦੇ ਮੈਨੇਜਰ ਦੇ ਘਰ ਉਹ ਸਾਫ਼ ਸਫਾਈ ਦਾ ਕੰਮ ਕਰਦੀ ਸੀ, ਪਤਾ ਹੀ ਨਹੀਂ ਲੱਗਾ ਕਿ ਕਿੱਦਾਂ ਸੜ ਕੇ ਮਰ ਗਈ। ਜਿਹੜੇ ਦੁੱਖ ਅਸੀਂ ਇੱਥੇ ਛੱਡ ਕੇ ਜਾਂਦੇ ਹਾਂ,
ਵਿਦੇਸ਼ ਦੇ ਵਿੱਚ ਉਹਨਾਂ ਦੁੱਖਾਂ ਨੇ ਸਾਡਾ ਸਾਥ ਨਹੀਂ ਛੱਡਿਆ। ਕੈਨੇਡਾ ਦੇ ਵਿੱਚ ਮੌਤ ਹੋਈ ਆ ਇੱਕ ਹੋਰ ਨੌਜਵਾਨ ਲੜਕੀ ਦੀ, ਸੜ ਕੇ ਮਰੀ ਆ ਉਹ ਵੀ, 3 ਬੱਚਿਆਂ ਦੀ ਮਾਂ ਸੀਗੀ, ਘਰ ਕੋਈ ਵੀ ਨਹੀਂ ਸੀਗਾ, ਕਹਿੰਦੇ ਜੀ ਆਤਮ ਹੱਤਿਆ ਕੀਤੀ, ਘਰ ਦੇ ਵਿੱਚ ਕਲੇਸ਼ ਬਹੁਤ ਸੀ। ਮੈਂ ਸੋਚਿਆ ਜੀ ਕਿ ਕਲੇਸ਼ ਛੱਡ ਕੇ ਤਾਂ ਆਪਾਂ ਕੈਨੇਡਾ ਜਾਂਦੇ ਹਾਂ ਕਿ ਸਾਡੇ ਪੰਜਾਬ ਦੇ ਵਿੱਚ ਕਲੇਸ਼ ਬਹੁਤ ਹੈ, ਆਪਾਂ ਨੂੰ ਲੱਗਦਾ ਰਹਿੰਦਾ ਕਿ ਇੱਥੇ ਨਰਕ ਹੈ, ਸਾਡਾ ਜੀਵਨ ਨਹੀਂ ਵਧੀਆ, ਸਾਨੂੰ ਕਿਤੇ ਹੋਰ ਜਾਣਾ ਚਾਹੀਦਾ, ਹੋਰ ਜਗ੍ਹਾ 'ਤੇ ਜਦੋਂ ਅਸੀਂ ਸੁਪਨਿਆਂ ਦੀ ਧਰਤੀ 'ਤੇ ਪਹੁੰਚ ਜਾਂਦੇ ਹਾਂ ਤਾਂ ਕਲੇਸ਼ ਸਾਡੇ ਫਿਰ ਵੀ ਨਹੀਂ ਮੁੱਕਦੇ, ਸੜ ਸੜ ਕੇ ਅਸੀਂ ਉੱਥੇ ਵੀ ਮਰ ਰਹੇ ਹਾਂ ਜਾ ਕੇ, ਸੜ ਸੜ ਕੇ ਤਾਂ ਕਈ ਇੱਥੇ ਵੀ ਮਰੀ ਜਾਂਦੇ ਆ, ਅਤੇ ਜੇ ਉੱਥੇ ਜਾ ਕੇ ਵੀ ਇਹੀ ਹਾਲ ਹੈ ਤਾਂ ਲਾਭ ਕੀ ਹੋਇਆ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿੰਨਾ ਚਿਰ ਅਸੀਂ ਆਪਣੀ ਸੋਚ, ਆਪਣਾ ਕੰਮ ਸਾਰਥਕ ਨਹੀਂ ਕਰਦੇ, ਸਿੱਧੇ ਪਾਸੇ ਨੂੰ ਉਸਾਰੂ ਸੋਚ ਲੈ ਕੇ ਨਹੀਂ ਚੱਲਦੇ ਹਾਂ, ਉਹ ਅਸੀਂ ਕਿਸੇ ਵੀ ਰੂਪ ਦੇ ਵਿੱਚ ਆਪਣੀ ਜ਼ਿੰਦਗੀ ਦਾ ਸਵਰਗ ਜੋ ਹੈ ਭਵਿੱਖ ਦੇ ਵਿੱਚ ਸਿਰਜਣ 'ਚ ਕਾਮਯਾਬ ਨਹੀਂ ਹੁੰਦੇ। ਜ਼ਿੰਦਗੀ 'ਚ ਆਪਣੇ ਭਵਿੱਖ ਦਾ ਸਵਰਗ ਤੁਸੀਂ ਜਿੱਥੇ ਮਰਜ਼ੀ ਸਿਰਜ ਸਕਦੇ ਹੋ, ਉਹਦੇ ਲਈ ਪੰਜਾਬ ਵੀ ਕੋਈ ਬੁਰੀ ਜਗ੍ਹਾ ਨਹੀਂ, ਸਾਰਾ ਭਾਰਤ ਕੋਈ ਬੁਰੀ ਜਗ੍ਹਾ ਨਹੀਂ, ਅਤੇ ਫਿਰ ਜੇ ਲੇਕਿਨ ਪੜ੍ਹਾਈ ਦੇ ਵਿੱਚ ਤੁਸੀਂ ਪਛੜ ਜਾਓ ਤਾਂ ਫਿਰ ਕਸੂਰ ਕਿਸੇ ਹੋਰ ਦਾ ਨਹੀਂ ਹੋਵੇਗਾ। ਕਿਹਦਾ ਹੋਵੇਗਾ ਕਸੂਰ? ਇਸ ਕਸੂਰ ਨੂੰ ਨਾ ਕਰਨਾ। ਜ਼ਿੰਦਗੀ ਦੇ ਵਿੱਚ ਕਦੀ ਪਛਤਾਉਣ ਦਾ ਮੌਕਾ ਨਹੀਂ ਮਿਲੇਗਾ। ਜਦੋਂ ਮੈਂ ਪੜ੍ਹਦਾ ਹੁੰਦਾ ਸੀ ਸਕੂਲ ਦੇ ਵਿੱਚ, ਕਾਲਜ ਦੇ ਵਿੱਚ, ਅਤੇ ਸਾਡੇ ਅਧਿਆਪਕ ਵੀ ਸਾਨੂੰ ਦੱਸਦੇ ਹੁੰਦੇ ਸੀਗੇ ਜੀ ਕਿ ਬਹੁਤ ਸਾਰੇ ਨੌਜਵਾਨ ਸਾਨੂੰ ਮਿਲ ਜਾਂਦੇ ਆ, ਉਹ ਕਹਿੰਦੇ ਜੀ ਕਿ ਪੜ੍ਹਨ ਦਾ ਤਾਂ ਕੋਈ ਫਾਇਦਾ ਹੀ ਨਹੀਂ ਹੈ, ਪੜ੍ਹ ਕੇ ਕਿਹੜਾ ਨੌਕਰੀ ਮਿਲਣੀ ਹੈ, ਇੱਕ ਪੁਰਾਣੀ ਸੋਚ ਹੈ ਦੱਕੀਆਂ ਨੂੰ ਸੀ। ਉਹ ਕਹਿੰਦੇ ਜੀ ਕਿ ਫਿਰ ਮੈਂ ਤਾਂ ਇੱਕੋ ਹੀ ਜਵਾਬ ਦਿਆ ਕਰਦਾ ਇਹੋ ਜਿਹੇ ਨਿਰਾਸ਼ ਲੋਕਾਂ ਨੂੰ ਕਿ ਜੇ ਪੜ੍ਹਨ ਦਾ ਕੋਈ ਫਾਇਦਾ ਨਹੀਂ ਤਾਂ ਫਿਰ ਨਾ ਪੜ੍ਹਨ ਦਾ ਤਾਂ ਬਿਲਕੁਲ ਹੀ ਕੋਈ ਫਾਇਦਾ ਨਹੀਂ ਨਾ, ਕਿਉਂਕਿ ਪੜ੍ਹ ਕੇ ਅੰਦਰ ਸਾਡੇ ਕੋਈ ਸੰਭਾਵਨਾ ਪੈਦਾ ਹੋਵੇਗੀ, ਕੋਈ ਆਸ ਪੈਦਾ ਹੋਵੇਗੀ ਕਿ ਅਸੀਂ ਜ਼ਿੰਦਗੀ 'ਚ ਕੁਝ ਨਾ ਕੁਝ ਪ੍ਰਾਪਤ ਕਰ ਸਕਦੇ ਹਾਂ, ਕੋਈ ਨੌਕਰੀ ਸਾਨੂੰ ਮਿਲੇਗੀ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਅਸੀਂ ਤਰੱਕੀ ਕਰ ਜਾਵਾਂਗੇ। ਪਰ ਜੇ ਅਸੀਂ ਪੜ੍ਹਾਂਗੇ ਨਹੀਂ ਤਾਂ ਉਹ ਸੰਭਾਵਨਾ ਵੀ ਪੈਦਾ ਨਹੀਂ ਹੋਏਗੀ, ਤਾਂ ਫਿਰ ਤਾਂ ਅਸੀਂ ਟੋਕਰੀ ਢੋਣੀ ਹੀ ਢੋਣੀ ਹੈ। ਸੋ ਇਸ ਕਰਕੇ ਵੱਧ ਤੋਂ ਵੱਧ ਤੁਸੀਂ ਜ਼ਿੰਦਗੀ ਦੇ ਵਿੱਚ ਗਿਆਨ ਪ੍ਰਾਪਤ ਕਰੋ, ਪੜ੍ਹਨ ਤੋਂ ਭਾਵ ਮੇਰਾ ਇਹ ਨਹੀਂ ਕਿ ਤੁਸੀਂ ਜਮਾਤਾਂ ਪਾਸ ਕਰੋ, ਜੋ ਕੁਝ ਪੜ੍ਹਦੇ ਹੋ ਉਹਨੂੰ ਜ਼ਿੰਦਗੀ ਦੇ ਵਿੱਚ ਕਿਸੇ ਨਾ ਕਿਸੇ ਰੂਪ 'ਚ ਅਪਣਾਉਣ ਦੀ ਕੋਸ਼ਿਸ਼ ਕਰਨਾ ਅਮਲੀ ਰੂਪ ਦੇ ਵਿੱਚ। ਸੋ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਇਹ ਸਮਾਂ ਤੁਹਾਨੂੰ ਅਸੀਂ ਕਿਉਂ ਸੰਬੋਧਨ ਹੋ ਰਹੇ ਹਾਂ ਕਿ ਤੁਹਾਡੇ ਕੋਲ ਅੱਜ ਸਮਾਂ, ਇਹ ਤੁਹਾਡੀ ਜ਼ਿੰਦਗੀ 'ਚ ਮੁੜ ਕੇ ਨਹੀਂ ਆਏਗਾ। ਜੇ ਅਸੀਂ ਕਹੀਏ ਕਿ ਤੁਹਾਡੇ ਵਾਲੀ ਜਗ੍ਹਾ ਟਾਟਾਂ 'ਤੇ ਅਸੀਂ ਬੈਠ ਕੇ ਹੁਣ ਪੜ੍ਹ ਲਈਏ, ਇਹ ਸੰਭਵ ਨਹੀਂ ਹੈ। ਸੋ ਜਦੋਂ ਤੁਸੀਂ ਸਾਡੇ ਵਾਲੀ ਜਗ੍ਹਾ 'ਤੇ ਆ ਜਾਓਗੇ ਫਿਰ ਤੁਹਾਡੇ ਲਈ ਵੀ ਇਹ ਸੰਭਵ ਨਹੀਂ ਰਹੇਗਾ, ਅਤੇ ਜੇ ਤਾਂ ਅੱਜ ਪੜ੍ਹ ਜਾਓਗੇ ਤਾਂ ਸਫਲ ਹੋਵੋਗੇ, ਸਫਲ ਹੋਣ ਦੀ ਆਸ ਰੱਖ ਸਕਦੇ ਹੋ। ਜੇ ਸਮਾਂ ਅਜਾਈਂ ਗਵਾਲੋਗੇ ਇਹ ਸਮਾਂ ਮੁੜ ਕੇ ਨਹੀਂ ਆਉਣਾ। ਸੋ ਇਸ ਸਮੇਂ ਨੂੰ ਵੱਧ ਤੋਂ ਵੱਧ ਸਾਰਥਕ ਤਰੀਕੇ ਨਾਲ ਆਪਣੀ ਜ਼ਿੰਦਗੀ ਦੇ ਵਿੱਚ ਵਰਤਣ ਦੀ ਕੋਸ਼ਿਸ਼ ਕਰਨਾ, ਉੱਚ ਸਿੱਖਿਆ ਪ੍ਰਾਪਤ ਕਰਨਾ, ਗਿਆਨ ਅਤੇ ਤਕਨੀਕ ਨੂੰ ਆਪਣੇ ਜ਼ਿੰਦਗੀ ਦੇ ਵਿੱਚ ਅਪਣਾਉਣਾ। ਮੈਨੂੰ ਨਹੀਂ ਲੱਗਦਾ ਕਿ ਤੁਸੀਂ ਕਦੀ ਪਛੜ ਜਾਓਗੇ। ਸੋ ਵਿਦੇਸ਼ ਦੇ ਵਿੱਚ ਜਾਣਾ ਕੋਈ ਐਸੀ ਗੱਲ ਨਹੀਂ, ਅਸੀਂ ਨਹੀਂ ਕਹਿੰਦੇ ਕਿ ਤੁਸੀਂ ਵਿਦੇਸ਼ ਨਾ ਜਾਓ, ਵਿਦੇਸ਼ ਮਾੜੀ ਗੱਲ ਹੈ। ਬਹੁਤ ਸਾਰੇ ਲੋਕ ਕਹਿੰਦੇ ਜੀ ਕਿ ਬਾਹਰਲੀਆਂ ਮਾੜੀਆਂ ਗੱਲਾਂ ਸਾਨੂੰ ਆ ਕੇ ਦੱਸਦੇ ਆ, ਆਪ ਤਾਂ ਉੱਥੇ ਰਹਿੰਦੇ ਆ ਅਤੇ ਸਾਨੂੰ ਹੁਣ ਚਾਹੁੰਦੇ ਵੀ ਅਸੀਂ ਕਿਤੇ ਜਾ ਕੇ ਉੱਥੇ ਅਮੀਰ ਨਾ ਹੋ ਜਾਈਏ। ਬਿਲਕੁਲ ਇਹੋ ਜਿਹੀ ਕੋਈ ਗੱਲ ਨਹੀਂ ਜੀ, ਅਸੀਂ ਚਾਹੁੰਦੇ ਹਾਂ ਜ਼ਿੰਦਗੀ 'ਚ ਤੁਸੀਂ ਵੀ ਅਮੀਰ ਹੋਵੋ, ਤੁਸੀਂ ਸੁੱਖ ਮਾਣੋ, ਤੁਸੀਂ ਤਰੱਕੀ ਕਰੋ। ਸਾਡਾ ਤਾਂ ਲੇਕਿਨ ਕਿ ਤੁਹਾਨੂੰ ਸੰਬੋਧਨ ਹੋਣ ਦਾ ਮੁੱਖ ਮਕਸਦ ਇਹ ਆ ਕਿ ਤੁਸੀਂ ਅੱਖਾਂ ਮੀਟ ਕੇ ਅੰਧਾ ਧੁੱਧ ਪੜ੍ਹਾਈ ਛੱਡ ਕੇ ਬਾਹਰ ਜਾਣ ਦੀ ਕਾਹਲੀ ਕਰਕੇ ਉੱਥੇ ਖੱਜਲ ਖੁਆਰ ਨਾ ਹੋਵੋ। ਸੋ ਜਿਸ ਕਿਸਮ ਦੀਆਂ ਅੱਜ ਮੀਡੀਆ ਬੜਾ ਜਾਗਰੂਕ ਹੋ ਗਿਆ, ਮੀਡੀਆ ਦੇ ਰਾਹੀਂ ਬਹੁਤ ਕਿਸਮ ਦੀਆਂ ਖਬਰਾਂ ਵਿਦੇਸ਼ਾਂ ਤੋਂ ਤੁਹਾਨੂੰ ਪਹੁੰਚਦੀਆਂ, ਇੱਥੇ ਉੱਥੋਂ ਦੀ ਜ਼ਿੰਦਗੀ ਬਾਰੇ ਪਤਾ ਲੱਗਦਾ, ਵੱਖ ਵੱਖ ਤਰ੍ਹਾਂ ਦੇ ਹੁਣ ਲੋਕ ਉੱਥੋਂ ਜਾ ਕੇ, ਸੰਤ ਬਲਬੀਰ ਸਿੰਘ ਸੀਚੇਵਾਲ ਦੀ ਉਦਾਹਰਣ ਦਿੱਤੀ ਹੈ, ਦੇਸਰਾਜ ਜੀ ਨੇ ਕੈਨੇਡਾ ਦੇ ਵਿੱਚ, ਮੈਨੂੰ ਵੀ ਉਹਨਾਂ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲਿਆ ਸੀਗਾ। ਸੋ ਉੱਥੋਂ ਵੱਖ ਵੱਖ ਤਰ੍ਹਾਂ ਦੀਆਂ ਜ਼ਿੰਦਗੀਆਂ ਕਿਸ ਤਰੀਕੇ ਦੇ ਨਾਲ ਸਾਡੇ ਪੰਜਾਬੀ ਉੱਥੇ ਭਾਰਤੀ ਜਾ ਕੇ ਭੋਗਦੇ ਆ, ਉਹ ਤੁਹਾਨੂੰ ਆ ਕੇ ਦੱਸੀਆਂ ਜਾਂਦੀਆਂ, ਤੁਹਾਨੂੰ ਪਤਾ ਲੱਗ ਰਿਹਾ ਕਿ ਬਾਹਰ ਕਿਸ ਕਿਸਮ ਦੀ ਜ਼ਿੰਦਗੀ ਹੈ। ਸੋ ਚਮਕ ਦਮਕ ਦੇ ਵਿੱਚ ਇੱਕ ਤਰੀਕੇ ਦੇ ਨਾਲ ਜੋ ਸੁਪਨਮਾਈ ਜੋ ਗੱਲਾਂ ਬਹੁਤ ਸਾਰੇ ਲੋਕਾਂ ਵੱਲੋਂ ਉੱਧਰੋਂ ਬਹਿ ਕੇ ਇੱਧਰ ਕੀਤੀਆਂ ਜਾਂਦੀਆਂ ਸੀਗੀਆਂ, ਉਹ ਹੁਣ ਐਕਸਪੋਜ਼ ਹੋਣ ਤੋਂ ਬਾਅਦ, ਉਹਨਾਂ ਦਾ ਭੇਦ ਖੁੱਲ੍ਹ ਜਾਣ ਤੋਂ ਬਾਅਦ ਇੱਕ ਤਰੀਕੇ ਨਾਲ ਅਸਲੀਅਤ ਤੁਹਾਡੇ ਸਾਹਮਣੇ ਆਉਣੀ ਸ਼ੁਰੂ ਹੋ ਗਈ ਹੈ। ਅਤੇ ਮੈਂ ਤਾਂ ਇਹ ਸਿੱਟਾ ਕੱਢਿਆ ਕਿ ਤੁਸੀਂ ਜ਼ਿੰਦਗੀ 'ਚ ਜਿੱਥੇ ਮਰਜ਼ੀ ਰਹਿਣਾ, ਜਿੱਥੇ ਮਰਜ਼ੀ ਧਰਤੀ ਦੇ ਤੁਸੀਂ, ਕਿਉਂਕਿ ਜਦੋਂ ਜਨਮ ਹੋ ਜਾਂਦਾ ਮਨੁੱਖ ਦਾ ਅਤੇ ਸਾਰੀ ਧਰਤੀ ਆਪਣੇ ਵਾਸਤੇ ਹੀ, ਆਪਾਂ ਜਿੱਥੇ ਚਾਹੀਏ ਜਾ ਕੇ ਰਹਿ ਸਕਦੇ ਹਾਂ, ਪਰ ਜਿੱਥੇ ਤੁਹਾਨੂੰ ਜਾ ਕੇ ਪੜ੍ਹਨ ਦਾ ਮੌਕਾ ਮਿਲੇ, ਜੇ ਹੁਣ ਬਚਪਨ ਇੱਥੇ ਮਿਲਿਆ ਹੋਇਆ, ਵੱਧ ਤੋਂ ਵੱਧ ਪੜ੍ਹਾਈ ਇੱਥੇ ਗ੍ਰਹਿਣ ਕਰਨ ਦੀ ਕੋਸ਼ਿਸ਼ ਕਰੋ। ਦੇਸ਼ ਵਿਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨ ਦਾ ਮੌਕਾ ਮਿਲੇ
ਤਦ ਵੀ ਤੁਸੀਂ ਪੜ੍ਹਨ ਦੀ ਕੋਸ਼ਿਸ਼ ਕਰਨਾ। ਮੈਨੂੰ ਵੀ ਕੁਝ ਦੇਸ਼ਾਂ ਦੇ ਵਿੱਚ ਜਾ ਕੇ ਪੜ੍ਹਨ ਦਾ ਮੌਕਾ ਮਿਲਿਆ, ਉਹਨਾਂ ਦਾ ਵੱਧ ਤੋਂ ਵੱਧ ਲਾਭ ਵੀ ਉਠਾਉਣ ਦੀ ਕੋਸ਼ਿਸ਼ ਕੀਤੀ। ਜ਼ਿੰਦਗੀ ਦੇ ਵਿੱਚ ਬਹੁਤ ਸਾਰਾ ਉਹਨਾਂ ਦਾ ਲਾਭ ਵੀ ਮੈਨੂੰ ਹੋਇਆ ਅਤੇ ਕਿਸੇ ਕਿਸਮ ਦਾ ਕੋਈ ਰੋਣਾ ਨਹੀਂ ਹੈ, ਪਛਤਾਵਾ ਨਹੀਂ ਹੈ। ਸੋ ਇਸ ਕਰਕੇ ਮੈਂ ਚਾਹੁੰਦਾ ਕਿ ਸੰਤੁਸ਼ਟ ਅਤੇ ਖੁਸ਼ਹਾਲ ਜ਼ਿੰਦਗੀਆਂ ਸਾਰੀਆਂ ਹੀ ਹੋਣ। ਪਰਮਾਤਮਾ ਸੱਚੇ ਪਾਤਸ਼ਾਹ ਅਕਾਲ ਪੁਰਖ ਸਾਨੂੰ ਜ਼ਿੰਦਗੀ ਦੇ ਵਿੱਚ ਦੁੱਖ ਭੋਗਣ ਦੇ ਵਾਸਤੇ ਨਹੀਂ ਭੇਜਦੇ ਹਨ, ਉਹ ਸਾਨੂੰ ਸੁੱਖ ਭੋਗਣ ਦੇ ਵਾਸਤੇ ਭੇਜਦੇ ਨੇ। ਲੇਕਿਨ ਕਿ ਸਾਡਾ ਸੁੱਖ ਉਪਜਦਾ ਸਾਡੇ ਚੰਗੇ ਕਰਮ ਦੇ ਵਿੱਚੋਂ। ਜੇ ਸਾਡਾ ਕੰਮ ਚੰਗਾ ਹੋਏਗਾ ਸੁੱਖ ਭੋਗਣ ਵਾਲਾ, ਆਸ ਬਣੀ ਰਹੇਗੀ ਕਿ ਅਸੀਂ ਦੁਖੀ ਨਹੀਂ ਹੋਵਾਂਗੇ। ਪਰ ਜੇ ਸਾਡਾ ਕੰਮ ਨਹੀਂ ਚੰਗਾ ਹੋਏਗਾ, ਸੋ ਜੇ ਪੜ੍ਹਾਈ ਨਹੀਂ ਕਰਨੀ, ਪੜ੍ਹਾਈ ਛੱਡ ਦੇਣੀ, ਇਹ ਚੰਗਾ ਕਰਮ ਨਹੀਂ ਹੈ। ਪੜ੍ਹਾਈ ਕਰਨਾ ਅੱਛਾ ਕਰਮ ਹੈ, ਬਚਪਨ ਦੇ ਵਿੱਚ ਤੁਹਾਡੀ ਇਹੀ ਜ਼ਿੰਮੇਵਾਰੀ ਹੈ। ਸੋ ਜੇ ਪੜ੍ਹਾਈ ਕਰਨ ਵਾਲਾ ਅੱਛਾ ਕਰਮ ਤੁਸੀਂ ਕਰ ਲਓਗੇ, ਇੱਕ ਅਜਿਹਾ ਬੀਜ ਹੈ ਜਿਹੜਾ ਇੱਕ ਵਾਰ ਉੱਗੇਗਾ ਜ਼ਰੂਰ, ਪੌਦਾ ਬਣੇਗਾ, ਦਰਖਤ ਬਣੇਗਾ ਅਤੇ ਫਲ ਦੇਵੇਗਾ ਇੱਕ ਦਿਨ ਮਿੱਠੇ। ਸੋ ਇਸ ਤਰੀਕੇ ਦੇ ਨਾਲ ਕੋਸ਼ਿਸ਼ ਕਰਨਾ ਵੱਧ ਤੋਂ ਵੱਧ ਇਸ ਬੀਜ ਨੂੰ ਹੋਰ ਡੂੰਘਾ ਬੀਜ ਕੇ ਪਾਣੀ ਦੇਣਾ, ਵੱਧ ਤੋਂ ਵੱਧ ਇਸ ਨੂੰ ਤਕੜਾ ਕਰਨਾ, ਗਿਆਨ ਪ੍ਰਾਪਤ ਕਰਨਾ। ਮੈਨੂੰ ਕਦੀ ਨਹੀਂ ਲੱਗਦਾ ਜ਼ਿੰਦਗੀ 'ਚ ਕਦੀ ਤੁਸੀਂ ਪਛਤਾਓਗੇ। ਵਿਦੇਸ਼ ਦੀ ਜ਼ਿੰਦਗੀ ਬਾਰੇ ਪੂਰੀ ਜਾਣਕਾਰੀ ਪ੍ਰਾਪਤ ਕਰਕੇ ਜਾਓ, ਜੇ ਜਾਣ ਨੂੰ ਤੁਹਾਡਾ ਮਨ ਵੀ ਕਰਦਾ ਹੈ। ਜੇ ਤੁਹਾਡੇ ਮਾਪੇ ਵੀ ਕਹਿਣ ਕਿ ਹੁਣ ਤੁਸੀਂ ਫਟਾਫਟ 15 ਸਾਲ ਦੀ 16 ਸਾਲ ਦੀ ਉਮਰ ਬਹੁਤ ਹੈ ਜੀ, ਤੁਸੀਂ ਲਓ ਪਾਸਪੋਰਟ ਅਤੇ ਜਾਓ ਵਿਦੇਸ਼। ਕਈ ਸਾਰੇ ਸਵਾਲ ਉਹਨਾਂ ਨੂੰ ਪੁੱਛਣ ਦੀ ਕੋਸ਼ਿਸ਼ ਕਰਨਾ, ਕਿੱਥੇ ਸਾਨੂੰ ਭੇਜ ਰਹੇ ਹੋ, ਕੀ ਕਰਾਂਗੇ ਅਸੀਂ ਉੱਥੇ ਜਾ ਕੇ, ਕਿਸ ਕਿਸਮ ਦਾ ਕੰਮ ਸਾਡੇ ਲਈ ਦੇਖਿਆ ਹੋਇਆ ਤੁਸੀਂ। ਅਤੇ ਕਈ ਵਾਰੀ ਮਾਪਿਆਂ ਨੂੰ ਵੀ ਪਤਾ ਨਹੀਂ ਹੁੰਦਾ, ਗੱਲਾਂ ਦੇ ਵਿੱਚ ਆ ਕੇ ਤੁਹਾਨੂੰ ਕਾਹਲੀ ਦੇ ਵਿੱਚ ਵਿਦੇਸ਼ ਭੇਜਦੇ ਨੇ, ਉਹਨਾਂ ਦੇ ਕੋਲ ਕੋਈ ਜਾਣਕਾਰੀ ਉਸ ਬਾਰੇ ਨਹੀਂ ਹੁੰਦੀ। ਸਾਨੂੰ ਬੜੀ ਵੱਡੀ ਤਾਦਾਦ ਦੇ ਵਿੱਚ ਬੱਚੇ ਅਤੇ ਬੱਚੀਆਂ ਵਿਦੇਸ਼ਾਂ ਦੇ ਵਿੱਚ ਮਿਲਦੇ ਹੈ, ਜਿਹੜੇ ਕਿ ਅੱਖਾਂ ਮੀਟ ਕੇ ਇੱਕ ਤਰੀਕੇ ਨਾਲ ਵਿਦੇਸ਼ ਦੀ ਧਰਤੀ 'ਤੇ ਗਏ ਹੁੰਦੇ ਹੈ ਅਤੇ ਜਾਣਕਾਰੀਆਂ ਦੀ ਘਾਟ ਕਰਕੇ ਬਹੁਤ ਪਛਤਾਉਂਦੇ ਨੇ ਕਿ ਸਾਨੂੰ ਜੇ ਜਾਣਕਾਰੀਆਂ ਉੱਥੇ ਪੰਜਾਬ ਦੇ ਵਿੱਚ ਮਿਲ ਜਾਂਦੀਆਂ ਤਾਂ ਅਸੀਂ ਕਦੀ ਵੀ ਨਾ ਆਉਂਦੇ ਜਾਂ ਘੱਟੋ ਘੱਟ ਇੰਨੀ ਜ਼ਿਆਦਾ ਕਾਹਲੀ ਨਾ ਕਰਦੇ। ਸੋ ਜਿੱਧਰ ਵੀ ਕਿਤੇ ਤੁਸੀਂ ਜਾਣਾ ਹੋਵੇ, ਜ਼ਿੰਦਗੀ ਸਾਰੀ ਪਈ ਹੈ ਤੁਹਾਡੇ ਵਾਸਤੇ, ਜਾਣਾ ਪੂਰੀ ਤਿਆਰੀ ਦੇ ਨਾਲ। ਬਹੁਤ ਹੀ ਸਤਿਕਾਰਯੋਗ ਸਤਪਾਲ ਜੌਲ ਜੀ, ਨਿਰਮਲ ਸਿੰਘ ਖੱਖ ਜੀ, ਦੇਸਰਾਜ ਜੀ ਅਤੇ ਸਾਡੇ ਪਿੰਡ ਦੇ ਸਰਪੰਚ, ਸਾਬਕਾ ਸਰਪੰਚ ਅਤੇ ਮੇਰਾ ਸਮੂਹ ਸਟਾਫ, ਪਿਆਰੇ ਬੱਚਿਓ, ਅਸੀਂ ਬਹੁਤ ਹੀ ਇਹਨਾਂ ਦੇ ਧੰਨਵਾਦੀ ਹਾਂ ਜਿਨ੍ਹਾਂ ਨੇ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਸਾਨੂੰ ਇਹਦੇ ਬਾਰੇ ਦੱਸਿਆ ਸੀ ਅਤੇ ਅੱਜ ਇੰਨੀਆਂ ਵਡਮੁੱਲੀ ਗੱਲਾਂ ਦੱਸ ਕੇ ਤੁਹਾਨੂੰ ਜਾਣਕਾਰੀ ਦਿੱਤੀ ਆ। ਮੈਨੂੰ ਆਸ ਆ ਵੀ ਤੁਸੀਂ ਇਹਨਾਂ ਗੱਲਾਂ 'ਤੇ ਜ਼ਰੂਰ ਅਮਲ ਕਰੋਗੇ ਅਤੇ ਅਮਲ ਕਰਕੇ ਤੁਸੀਂ ਆਪਣੀ ਪੜ੍ਹਾਈ ਨੂੰ, ਉਹਨਾਂ ਦੱਸਿਆ ਵੀ ਬਾਅਦ ਜਾਣਾ ਵੀ ਆ ਅਤੇ ਵੱਧ ਤੋਂ ਵੱਧ ਪੜ੍ਹਾਈ ਕਰਕੇ, ਕਿਉਂਕਿ ਅਨਪੜ੍ਹ ਬੱਚੇ ਦਾ ਕਿਤੇ ਵੀ ਉੱਦਾਂ ਬਾਹਰ ਜਾਣ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਬਾਹਰ ਜਾਣਾ ਵੀ ਆ ਤਾਂ ਤੁਹਾਡੇ ਪੱਲੇ ਐਜੂਕੇਸ਼ਨ ਜ਼ਰੂਰੀ ਆ। ਜਿਹੜਾ ਐਜੂਕੇਟਡ ਬੰਦਾ ਵਾ ਉਹ ਹਰ ਥਾਂ ਕਾਮਯਾਬ ਹੁੰਦਾ ਵਾ, ਇੱਥੇ ਵੀ ਬਾਹਰ ਵੀ। ਇਸ ਕਰਕੇ ਤੁਹਾਡੀ ਆ ਉਮਰ ਆ ਜਿਹੜੀ ਇਹ ਦਿਲ ਲਾ ਕੇ ਪੜ੍ਹਨ ਦੀ ਆ, ਇਹਨੂੰ ਉਹਨਾਂ ਗੱਲਾਂ 'ਤੇ ਅਮਲ ਕਰਨਾ ਆਪਾਂ, ਜੋ ਵੀ ਉਹਨਾਂ ਦੱਸੀਆਂ ਬੜੀਆਂ ਹੀ ਵਡਮੁੱਲੀ ਗੱਲਾਂ ਸੀ, ਇਹਨਾਂ ਦੇ ਅਮਲ ਕਰਕੇ ਵੱਧ ਤੋਂ ਵੱਧ ਮਿਹਨਤ ਕਰਕੇ ਆਪਣੇ ਟੀਚਰਾਂ ਦਾ, ਆਪਣੇ ਘਰਦਿਆਂ ਦਾ ਸਤਿਕਾਰ ਕਰਨਾ ਵਾ। ਇੱਕ ਇਸ ਵਿਸ਼ੇ 'ਤੇ ਮਰਹੂਮ ਸ਼ਾਇਰ ਸੰਤ ਰਾਮ ਉਦਾਸੀ ਜੀ ਦੀ ਇੱਕ ਰਚਨਾ ਆ, ਉਹ ਮੈਂ ਜ਼ਰੂਰ ਤੁਹਾਨੂੰ ਦੋ ਲੈਣਾ ਸੁਣਾਊਂਗਾ। ਉਹ ਸੰਬੋਧਨ ਕਰ ਰਿਹਾ ਮੈਨੂੰ, ਤੁਹਾਨੂੰ, ਹਰ ਇੱਕ ਨੂੰ। ਮੈਨੂੰ ਖਿੜਿਆ ਕਪਾਂ ਦੇ ਵਾਂਗੂ ਰਹਿਣ ਦੇ, ਘੱਟ ਮੰਡੀ ਵਿੱਚ ਪੈਂਦਾ ਮੁੱਲ ਪੈਣ ਦੇ, ਮੈਨੂੰ ਰਹਿਣ ਦੇ ਹਵਾਏ ਮੇਰੇ ਦੇ, ਮੈਨੂੰ ਰਹਿਣ ਦੇ ਹਵਾਏ ਮੇਰੇ ਦੇ। ਕਰੇ ਜੋਦੜੀ ਨਿਕ ਦਰਵੇਸ, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼, ਮੈਨੂੰ ਰਹਿਣ ਦੇ ਹਵਾਏ ਮੇਰੇ ਦੇਸ਼।
ਸਕਦੇ।